ਵਾਹਿਗੁਰੂ ਸਾਹਿਬ ਜੀ ਸੋਦਾਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੀ ਨਾਦ ਅਨੇਕ ਅਸੰਖਾ ਕਿਤੇ ਗਾਵਣ ਹਾਰੇ ਕਿਤੇ ਰਾਗ ਪਰਿ ਸਿਉ ਕਹੀਨ ਕਿਤੇ ਗਾਵਣ ਹਾਰੇ ਗਾਵਹਿ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦ ਨੂੰ ਗਾਵਹ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਗੁਰੂ ਸਾਹਿਬ ਜੀ ਬੜਾ ਵਿਸਮਾਦੀ ਜਿਹਾ ਦ੍ਰਿਸ਼ ਗੁਰਸ਼ਬਦ ਦੇ ਰਾਹੀ ਸਾਡੀ ਸੁਰਤ ਵਿੱਚ ਟਿਕਾ ਰਹੇ ਹੈ ਮਹਾਰਾਜ ਅਗੰਮੀ ਮੰਡਲ ਵਿੱਚ ਸਾਡੀ ਸੁਰਤ ਨੂੰ ਲੈ ਕੇ ਜਾਂਦੇ ਜਦੋਂ ਅਸੀਂ ਸ਼ਬਦ ਨਾਲ ਸੁਰਤ ਨੂੰ ਜੋੜਦੇ ਹਾਂ ਜਦ ਸ਼ਬਦ ਨਾਲ ਸੁਰਤ ਜਦੋਂ ਜੁੜਦੀ ਹੈ ਤੇ ਸ਼ਬਦ ਦੀ ਪ੍ਰਵਾਜ ਜਿਹੜੀ ਹੈ ਉਹ ਸੁਰਤ ਨੂੰ ਨਾਲ ਲੈ ਕੇ ਕਿਸੇ ਅਗੰਮੀ ਮੰਡਲ ਦੇ ਵਿੱਚ ਜਾਂਦੀ ਹੈ ਇਹ ਜਿਹੜਾ ਬਚਨ ਹੈ ਇਹਦੀ ਬਹੁਤ ਜ਼ਿਆਦਾ ਮਹੱਤਤਾ ਹੈ ਇਸ ਵਾਸਤੇ ਮਹਾਰਾਜ ਨੇ ਥੋੜੇ ਜੀ ਵਿਪਿੰਤਾ ਦੇ ਨਾਲ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਿੰਨ ਵਾਰ ਇਹ ਸ਼ਬਦ ਨੂੰ ਦਰਜ ਕੀਤਾ ਹੈ ਥੋੜੇ ਜੇ ਅੱਖਰਾਂ ਦੇ ਫਰਕ ਦੇ ਨਾਲ ਅਸੀਂ ਸਵੇਰ ਤੇ ਸ਼ਾਮ ਨੂੰ ਰੋਜ਼ ਜਪਦੀ ਸਾਹਿਬ ਵਿੱਚ ਤੇ ਸੋਦਰ ਦਾ ਪਾਠ ਜਿਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਨੀਮ ਬੰਦ ਦਿੱਤਾ ਸੀ ਆਪ ਸਰੀਰ ਚ ਵਰਤਦਿਆਂ ਕਿ ਰੋਜ਼ ਸਿੱਖ ਨੇ ਸੰਧਿਆ ਨੂੰ ਸੋਦਰ ਦਾ ਪਾਠ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਬਾਣੀ ਦਰਜ ਹੈ ਨਾ ਰਾਇ ਰਾਜ ਸਾਹਿਬ ਦੇ ਸ਼ਬਦ ਜਿਹੜੇ ਕੁਝ ਚੋਣਵੇਂ ਆ ਉਹ ਸੋਦਰ ਤੋਂ ਸ਼ੁਰੂ ਹੁੰਦੇ ਆ। ਤੇ ਭਾਈ ਸਾਹਿਬ ਜੀ ਲਿਖਦੇ ਵਾਰਾਂ ਦੇ ਅੰਦਰ ਸੋਦਰ ਆਰਤੀ ਗਾਵੀ ਹੈ। ਅਮਰਤ ਵੇਲੇ ਚਾਪ ਉਚਾਰਾ। ਤਿੰਨ ਵਾਰ ਸਤਿਗੁਰੂ ਜੀ ਨੇ ਥੋੜੀ-ਥੋੜੀ ਵਿਭਿੰਤਾ ਦੇ ਨਾਲ ਅੱਖਰਾਂ ਦੀ ਥੋੜੀ ਅਰਥ ਇੱਕੋ ਜਿਹੇ ਨੇ ਤੇ ਅੱਖਰਾਂ ਦੇ ਥੋੜੇ ਜੇ ਫਰਕ ਦੇ ਨਾਲ ਮਹਾਰਜ ਨੇ ਤਿੰਨ ਵਾਰ ਇਸ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਕੀਤਾ। ਤੋਂ ਸਾ ਸੰਗਤ ਮੈਂ ਇਸ ਲਈ ਗੱਲ ਕਹਿ ਰਿਹਾ ਕਿ ਸੁਰਤ ਨੂੰ ਵੱਖਰੇ ਮੰਡਲ ਚ ਮਹਾਰਜ ਲੈ ਕੇ ਜਾਂਦੇ ਆ। ਥੋੜਾ ਜਾ ਤੁਸੀਂ ਮੇਲ ਕੇ ਵੇਖਣਾ ਜਦੋਂ ਗੁਰੂ ਸਾਹਿਬ ਜੀ ਜਗਨਨਾਥ ਪੁਰੀ ਦੇ ਵਿੱਚ ਸ਼ਬਦ ਉਚਾਰਦੇ ਆ ਤੇ ਬਾਹਰ ਦੀ ਕਿਰਿਆ ਦੇ ਨਾਲੋਂ ਅੰਦਰ ਦੀ ਕਿਰਿਆ ਨਾਲ ਜੋੜਦੇ ਆ ਬਾਹਰ ਦੀ ਕਿਰਿਆ ਉੱਥੇ ਕੀ ਹੋ ਰਹੀ ਸੀ ਥਾਲੀਆਂ ਵਿੱਚ ਦੀਵੇ ਸਨ ਅੱਲੀਆਂ ਖੜਕ ਰਹੀਆਂ ਸੀ ਦੀਵੇ ਬਲ ਰਹੇ ਸੀ ਸੁਗੰਧੀਆਂ ਧੁਖ ਰਹੀਆਂ ਸਨ ਰੋਜ਼ ਇਹ ਬਾਹਰ ਦੀ ਕਿਰਿਆ ਹੁੰਦੀ ਸੀ ਭਗਵਾਨ ਵੀ ਬਾਹਰ ਮਿਥਿਆ ਹੋਇਆ ਸੀ ਤੇ ਉਹਦੀ ਪੂਜਾ ਵੀ ਬਾਹਰ ਇਸੇ ਤਰ੍ਹਾਂ ਕਿਰਤਮ ਰੂਪ ਵਿੱਚ ਕੀਤੀ ਜਾ ਰਹੀ ਸੀ ਤੇ ਗੁਰੂ ਸਾਹਿਬ ਜੀ ਉੱਥੇ ਵੀ ਇੱਕ ਸਵਾਲ ਸਾਡੇ ਸਾਹਮਣੇ ਰੱਖਦੇ ਆ ਤੇ ਉਹ ਅਸਲ 'ਚ ਕੁਐਸਚਨ ਮਾਰਕ ਨਹੀਂ ਹੈ ਜਦੋਂ ਅਸੀਂ ਪੜਦੇ ਨੇ ਕੈਸੀ ਆਰਤੀ ਹੋਏ ਭਵ ਖੰਨਾ ਤੇਰੀ ਆਰਤੀ ਬਾਰੀ ਤੌਰ ਤੇ ਇਸ ਫਿਕਰੇ ਨੂੰ ਜਦੋਂ ਅਸੀਂ ਵੇਖਾਂਗੇ ਤੇ ਐ ਲੱਗੇਗਾ ਇਹਦੇ ਅੱਗੇ ਕੁਐਸਚਨ ਮਾਰਕ ਹੈ ਵੀ ਕਿਸ ਤਰ੍ਹਾਂ ਦੀ ਆਰਤੀ ਪਰ ਹਕੀਕਤ ਇਹ ਹੈ ਕਿ ਸੱਚੇ ਪਾਤਸ਼ਾਹ ਜੀ ਉਸ ਵਿਸਮਾਦ ਮੰਡਲ ਵਿੱਚ ਜਾ ਕੇ ਸਾਨੂੰ ਦੱਸ ਰਿਹਾ ਕਿ ਬਾਹਰਲੀ ਕਿਰਿਆ ਨਾਲ ਤੇ ਕੁਝ ਵੀ ਨਹੀਂ ਹੋਣਾ ਆਓ ਤੁਹਾਨੂੰ ਸੁਰਤ ਦੀ ਪ੍ਰਵਾਦ ਉੱਤੇ ਦੱਸਾਂ ਰੱਬ ਦੀ ਆਰਤੀ ਕਿੱਦਾਂ ਹੋ ਰਹੀ ਹੈ ਮੈਂ ਫਿਰ ਬੇਨਤੀ ਕਰਦਾ ਇਹਨੂੰ ਥੋੜਾ ਜਿਹਾ ਸਮਝ ਲੈ ਇੱਕ ਹੁੰਦਾ ਸਵਾਲ ਕਰਨਾ ਤੇ ਜਵਾਬ ਲੱਭਣਾ ਇਹ ਸਵਾਲ ਤੇ ਜਾਪਦਾ ਹੈ ਇਸ ਪੰਕਤੀ ਵਿੱਚ ਪਰ ਇਸ ਸਵਾਲ ਦੇ ਅੰਦਰ ਜਵਾਬ ਦੀ ਬਹਿਸ ਨਹੀਂ ਐਸ ਸਵਾਲ ਦੇ ਅੰਦਰ ਵਿਸਮਾਦ ਜਦੋਂ ਮਹਾਰਾਜ ਸਾਡੀ ਸੁਰਤ ਦੀ ਪ੍ਰਵਾਜ ਨੂੰ ਧਰਤੀ ਦੇ ਮੰਡਲ ਤੋਂ ਗੰਮੀ ਮੰਡਲ ਤੇ ਲੈ ਕੇ ਜਾਂਦੇ ਆ ਧਰਤੀ ਦਾ ਮੰਡਲ ਮੈਂ ਸ਼ਬਦ ਵਰਤ ਰਿਹਾ ਕਿ ਜੋ ਸਾਹਮਣੇ ਦਿਸ ਰਿਹਾ ਸੀ ਟੱਲੀਆਂ ਦੀਵੇ ਥਾਲੀਆਂ ਸਰੀਰਾਂ ਦੀ ਭੀੜ ਸਾਹਮਣੇ ਇੱਕ ਮਿੱਥਿਆ ਹੋਇਆ ਭਗਵਾਨ ਕਿਰਤਮ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਸਰੀਰ ਉੱਥੇ ਹੀ ਨੇ ਤੇ ਸੁਰਤ ਨੂੰ ਨਾਲ-ਨਾਲ ਲੈ ਕੇ ਤੁਰਦੇ ਕਹਿੰਦੇ ਆ ਗगन ਮਹਿ ਥਾਲ ਹੁਣ ਸਰੀਰ ਉੱਥੇ ਹੀ ਨੇ ਉਸੇ ਮੰਦਰ ਜਿਹੜੇ ਸੁਣ ਰਹੇ ਸੀ ਨਾ ਉਸ ਵੇਲੇ ਉਹ ਉਸੇ ਮੰਡਲ 'ਚ ਉਸੇ ਮੰਦਰ ਦੇ ਸਰਦਲ ਤੇ ਖੜੇ ਨੇ ਉਸੇ ਆ ਮੂਰਤੀ ਦੇ ਸਾਹਮਣੇ ਖੜੇ ਆ ਪੁਰਾਣਾਂ ਦੀ ਸੁਰਤ ਨੂੰ ਸਤਿਗੁਰੂ ਕਿੱਥੇ ਲੈ ਕੇ ਜਾਂਦੇ ਨੇ ਉਸ ਵਲਗਨ ਤੋਂ ਬਾਹਰ ਥੋੜਾ ਇਹਨੂੰ ਸਮਝੀਏ ਚੰਗੀ ਤਰ੍ਹਾਂ ਤੇ ਸੁਰਤ ਜਦੋਂ ਉਸ ਮੰਡਲ 'ਚ ਵਰਤਦੀ ਆ ਤੇ ਉਹਨਾਂ ਨੂੰ ਇੱਕ ਬੜਾ ਵੱਡਾ ਥਾਲ ਦਿਖਾਉਂਦੇ ਆ ਗਗਨ ਉਦੇ ਅੰਦਰ ਦੋ ਦੀਵੇ ਅਗੰਮੀ ਜਿਹੜੇ ਨਿਰੰਤਰ ਪ੍ਰਕਿਰਤੀ ਦੇ ਵਿੱਚ ਜੋ ਵਾਹਿਗੁਰੂ ਜੀ ਦੀ ਕੀਰਤੀ ਰਚੀ ਹੋਈ ਆ ਉਹ ਦਿਖਾਉਂਦੇ ਮਹਾਰਾਜ ਤੇ ਉਹਦਾ ਸਾਰਾ ਸੁਰਤੀਆਂ ਅੱਖਾਂ ਦੇ ਸਾਹਮਣੇ ਵਿਸਥਾਰ ਕਰਕੇ ਨਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਸੂਰਜ ਤੇ ਚੰਦਰਮਾ ਦੀਵੇ ਸਾਰੇ ਗਗਨ ਦਾ ਥਾਲ ਹੁਣ ਗਗਨ ਦੀਆਂ ਕੋਈ ਵੰਡੀਆਂ ਨਹੀਂ ਜਿਹੜੇ ਫਿਜ਼ੀਕਲ ਤੌਰ ਦੇ ਉੱਤੇ ਸਾਹਮਣੇ ਕਰ ਰਹੇ ਸੀ ਉਹ ਤੇ ਕਹਿੰਦੇ ਸੀ ਕਿਸੇ ਨੀਵੇਂ ਜਾਤੀ ਵਾਲੀ ਦਾ ਥਾਲੀ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਪਰ ਗਗਨ ਦੇ ਥੱਲੇ ਤੇ ਸਾਰੀ ਕਾਇਨਾਤ ਹੈ ਉੱਥੇ ਤੇ ਕੋਈ ਉੱਚਾ ਨਹੀਂ ਵਾਣੀ ਉੱਥੇ ਤੇ ਕੋਈ ਆਸਤਿਕ ਨਾਸਤਿਕ ਨਹੀਂ ਉੱਥੇ ਤੇ ਕੋਈ ਮਲੇਸ਼ ਤੇ ਕਾਫਰ ਨਹੀਂ ਇਹ ਹੈ ਗੁਰੂ ਨਾਨਕ ਦਾ ਸੁਰਤ ਮੰਡਲ ਦੁਨੀਆਂ ਦੁਨੀਆਂ ਦੀਆਂ ਵੰਡੀਆਂ ਨਫ਼ਰਤਾਂ ਈਰਖਾ ਵੈਰ ਇਹਦੇ ਤੋਂ ਬਹੁਤ ਉੱਚਾ ਇਬਾਦਤ ਬਹੁਤ ਉੱਚੀ ਦਸੀ ਮਹਾਰਾਣੀ ਇਬਾਦਤ ਦਾ ਮਤਲਬ ਹੀ ਇਹ ਜਿਹਨੂੰ ਮਹਾਰਾਣੀ ਕਹਿੰਦੇ ਨੇ ਵੇਣ ਗੁਣ ਕੀਤੇ ਭਗਤਨਾ ਹੋਏ ਉਸ ਪੂਜਾ ਦਾ ਇਬਾਦਤ ਦਾ ਬੰਦਗੀ ਦਾ ਸੇਵਾ ਦਾ ਅਰਥ ਹੀ ਇਹ ਆ ਵੀ ਜਿੱਥੇ ਰੱਬੀ ਗੁਣ ਆਜਣ ਸਾਰੇ ਵੈਰ ਨਫਰਤਾਂ ਕਿਰਣਾ ਈਰਖਾ ਖਤਮ ਹੋ ਜਾਏ ਕਿੜੀਆਂ ਵੰਡੀਆਂ ਗगन ਦਾ ਥਾਲ ਅਸਮਾਨ ਦਾ ਥਾਲ ਸੂਰਜ ਚੰਦਰਮਾ ਦੀਵੇ ਜਿੰਨੀ ਬਨਸਪਤੀ ਖੜੀ ਹੋਈ ਉਹ ਫੁੱਲ ਪਵਨ ਚੌਰ ਕਰ ਰਹੀ ਹੈ ਬਨਸਪਤੀ ਖਿੜੀ ਹੋਈ ਸੁਗੰਧੀਆਂ ਦੇ ਰਹੀ ਹੈ ਸਗਲ ਸਾਰੀ ਬਨਸਪਤੀ ਗਗਨ ਮੈਂ ਥਾਰ ਰਬ ਤੰਦੀਪ ਕ ਬਨੇ ਤਾਰੇ ਕ ਮੰਡਲ ਜਨਕ ਮੋਤੀ ਜਿੰਨੇ ਤਾਰੇ ਨੇ ਅਸਮਾਨ ਦੇ ਮੋਤੀਆਂ ਦੇ ਭਰਿਆ ਹੋਇਆ ਥਾਲ ਜਿੰਨੀ ਮਲਿਆਗਰ ਹੈ ਸੁਗੰਧੀਆਂ ਵਾਲੀਆਂ ਪੌਦੇ ਜਿੰਨੇ ਨੇ ਧੂਪ ਮਲਿਆਣ ਲੋ ਪਵਨ ਚਬਰੋ ਕਰੇ ਤੇ ਉਹ ਸਾਰਾ ਕੁਝ ਵਿਸਮਾਦੀ ਜਾਏਗਾ ਹੁਣ ਉਹਨੂੰ ਸਾਡੀਆਂ ਬਾਹਰੀ ਅੱਖਾਂ ਨਹੀਂ ਵੇਖ ਰੀਆਂ ਕਿ ਇਹ ਮੋਤੀ ਕਿਹੜੇ ਨੇ ਤੇ ਦੀਵੇ ਕਿਹੜੇ ਨੇ ਉੱਥੇ ਅੰਦਰੇ ਵਲਗਣ ਚ ਖੜੇ ਉਹ ਲੋਕ ਸੁਣ ਰਹੇ ਆ ਸ਼ਬਦ ਨੂੰ ਜਿ ਉਹਨਾਂ ਦੀ ਸੁਰਤ ਨੂੰ ਮਹਾਰਾਜ ਕਾ ਰੱਬੀ ਮੰਡਲ ਚ ਲੈ ਕੇ ਜਾਂਦੇ ਆ ਤੇ ਫਿਰ ਉੱਥੇ ਵਿਸਮਾਦ ਦਾ ਸ਼ਬਦ ਕਹਿੰਦੇ ਆ ਕੈਸੀ ਆਰਤੀ ਹੋਏ ਮੈਂ ਫਿਰ ਬੇਨਤੀ ਕਰਦਾ ਫਿਕਰੇ ਨੂੰ ਜੇ ਅਸੀਂ ਬਾਹਰੀ ਤੌਰ ਤੇ ਉਹਦੇ ਸਟਰਕਚਰ ਨੂੰ ਵੇਖਾਂਗੇ ਫਿਕਰੇ ਦੀ ਸ਼ਬਦਾਵਲੀ ਵੇਖਾਂਗੇ ਤੇ ਉਹ ਕੁਐਸਚਨ ਮਾਰਕ ਸਵਾਲੀਆ ਚਿੰਨ੍ਹ ਕੈਸੀ ਆਰਤੀ ਹੋਈ ਕਿਸੇ ਨੂੰ ਪੁੱਛਿਆ ਜਾ ਰਿਹਾ ਪਰ ਸਚਾਈ ਇਹ ਹੈ ਕਿ ਉਹ ਵਿਸਮਾਦ ਹੈ। ਬਾਬ ਖੰਡਨਾ ਤੇਰੀ ਆਰਤੀ। ਉਸੇ ਤਰ੍ਹਾਂ ਦਾ ਸਵਾਲ ਇੱਥੇ ਹੈ। ਵੀਰ ਕੰਨ ਨੂੰ ਸਵਾਲ ਜਾਪ ਰਿਹਾ ਸੋ ਦਰ ਕਿਹਾ। ਕਿਹਾ ਕਿਸ ਤਰ੍ਹਾਂ ਦਾ ਅਖਰੀ ਅਰਥ ਇਹ ਬਣਨਗੇ ਉਹ ਦਰ ਕਿਦਾਂ ਦਾ ਹੈ ਉਹ ਘਰ ਕਿਦਾਂ ਦਾ ਹੈ। ਪਰ ਹਕੀਕਤ ਵਿੱਚ ਇਹ ਨਹੀਂ ਹੈ ਕਿ ਅਸੀਂ ਕਿਸੇ ਦਰਵਾਜ਼ੇ ਤੇ ਖੜੇ ਆ ਜਿਵੇਂ ਉਸ ਮੰਦਰ ਦੀ ਸਰਦਲ ਤੇ ਖੜੇ ਲੋਕਾਂ ਨੂੰ ਸੁਰਤ ਮੰਡਲ ਵਿੱਚ ਲੈ ਕੇ ਮਹਾਰਾਜ ਜਾਂਦੇ ਆ ਤੇ ਵਿਸਮਾਤ ਤੱਕ ਪਹੁੰਚਾਉਂਦੇ ਆ ਉਸੇ ਤਰ੍ਹਾਂ ਸਾਤਸੰਗਤ ਇਹ ਦੁਨੀਆਦਾਰੀ ਦੀਆਂ ਅੱਖਾਂ ਨਾਲ ਵੇਖਣ ਵਾਲੇ ਘਰ-ਦਰ ਦੀ ਗੱਲ ਨਹੀਂ ਹੋ ਰਹੀ ਮਹਾਰਾਜ ਸਾਡੀ ਸੁਰਤ ਨੂੰ ਉੱਚਿਆਂ ਚੁੱਕ ਰਿਹਾ ਕਿ ਵੇਖ ਵਾਹਿਗੁਰੂ ਜੀ ਦਾ ਵਾਸਾ ਕਿੰਨਾ ਪਿਆਰਾ ਹੈ ਕਿਸ ਮੰਡਲ ਚ ਵਾਹਿਗੁਰੂ ਵਰਤ ਰਿਹਾ ਉਹਦਾ ਉਹਦੀ ਨਿਜਮਾਵਲੀ ਕਿੰਨੀ ਸੁੰਦਰ ਹੈ ਉਹ ਕਿਵੇਂ ਧਰਤੀ ਨੂੰ ਪਾਲ ਰਿਹਾ ਹੈ ਉਹ ਕਿਵੇਂ ਜ਼ਰਰੇ ਜ਼ਰਰੇ ਦੇ ਅੰਦਰ ਆਪਣੀ ਕਲਾ ਵਰਤਾ ਰਿਹਾ ਹੈ ਕਣ ਕਣ ਚ ਕਿਵੇਂ ਰਮਿਆ ਹੋਇਆ ਹੈ ਜਿੱਥੇ ਉਹ ਜਿੱਥੇ ਉੱਥੇ ਕਿਹਾ ਸੀ ਨਾ ਜੀ ਤੁਸੀਂ ਆਰਤੀ ਇਹ ਮਿੱਥ ਕੇ ਤੁਸੀਂ ਰੱਬ ਨੂੰ ਛੋਟੀਆਂ ਕਰ ਰਹੇ ਹੋ ਇਸੇ ਤਰ੍ਹਾਂ ਸਾਨੂੰ ਵੀ ਸਮਝਾਇਆ ਕਿ ਰੱਬ ਨੂੰ ਪੱਛਮ ਚ ਦੱਖਣ ਚ ਮਿੱਥੀਏ ਰੱਬ ਨੂੰ ਇੱਕ ਬਲਗਨ ਚ ਮਿੱਥੀਏ ਇੱਕ ਬਿਲਡਿੰਗ ਚ ਮਿੱਥੀਏ ਇਹ ਸਾਡੀ ਬੇਸਮਝੀ ਹੈ हां इस बिल्डिंग च असि आए हां ते ए समझ ਲੈਣ ਵਾਸਤੇ ਆਏ ਆ ਕਿ ਰੱਬ ਸਿਰਫ ਇਸ ਬਿਲਡਿੰਗ ਵਿੱਚ ਨਹੀਂ ਇਥੋਂ ਕੀ ਸਮਝ ਲੈਣ ਆਏ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਜਹਾਂ ਜਹ ਪੇਖੋ ਤਹ ਹਜ਼ੂਰ ਦੂਰਕਤ ਹੋ ਨਾ ਜਾਈ ਉਹ ਦਸਮ ਪਾਤਸ਼ਾਹ ਦੇ ਬਚਨ ਕਿ ਜ਼ਾਹਰ ਜ਼ਹੂਰ ਹੈ ਇਥੇ ਧੰਨ 시 ਗੁਰੂ ਗੰਗ ਸਾਹਿਬ ਜੀ ਕਹਿੰਦੇ ਤੁਸੀਂ ਅਕਾਲ ਉਸਤਤ ਨੂੰ ਪੜੋਗੇ ਨਾ ਜੀ ਵਿਸਮਾਦੀ ਜਾਂ ਰਾਸ ਆਏਗਾ ਕਈ ਵਾਰੀ ਤੇ ਅਚੰਬਤ ਰਹ ਜੀਦਾ ਵੀ ਮਹਾਰਾਜ ਕਿਸ ਤਰ੍ਹਾਂ ਦੀਆਂ ਬਾਤਾਂ ਕਰ ਰਿਹਾ ਹੈ। ਕਿਹਸਾ ਰਾਸ ਕੋਲ ਆ ਉਹ ਕਪਾੜ ਖੋਲ ਦਿੰਦੇ ਕਲਗੀਧਰ ਪਾਤਸ਼ਾਹ। ਠੀਕ ਹੈ ਗੁਰਗੰਨ ਸਾਹਿਬ ਜੀ ਦੇ ਲਾੜ ਲਾਇਆ ਉਹਨਾਂ ਨੇ ਆਪਣੀ ਬਾਣੀ ਨੂੰ ਗੁਰਤਾ ਦੇ ਬਰਾਬਰ ਨਹੀਂ ਲੈਂਦਾ ਪਰ ਜਦੋਂ ਤੁਸੀਂ ਵਿਚਾਰ ਨੂੰ ਵੇਖੋਗੇ ਤੇ ਤੁਹਾਨੂੰ ਕਿਤੇ ਵਖਰੀ ਨਹੀਂ ਇਹ ਜ਼ਾਹਰ ਜ਼ਹੂਰ ਹੈ। ਇਹਾ ਹਾਜ਼ਰ ਹਜ਼ੂਰ ਹੈ ਬਾਣੀ ਦਾ ਬਚਨ ਜਹ ਜਹ ਪੇਖੂ ਤਹ ਹਜ਼ੂਰ ਦੂਰ ਕਤੋਂ ਨਾ ਜਾਈ 라ਵ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਈਤ ਊਤ ਨਹੀਂ ਬੀਛਿਆ ਸੋ ਸੰਗੀ ਗਣੀਐ ਬਿਨਸ ਜਾਏ ਜੋ ਨਿਮਖ ਮੈਂ ਸਵਾਲ ਸੁਖ ਪਣੀਐ ਉਹ ਸਾਰਿਆਂ ਦੇ ਨਾਲ ਬਾਣੀ ਚ ਪੜਦੇ ਆਂ ਸ਼੍ਰੀ ਗੁਰਗੰਨ ਸਾਹਿਬ ਚ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਦਸਮ ਬਾਦਸ਼ਾਹ ਜੀ ਦੇ ਬਚਨਾਂ ਦਾ ਰੋਜ਼ ਪਾਠ ਕਰਦੇ ਆਂ ਦੁਕਾਲਿੰਗ ਪ੍ਰਣਾਸੀ ਦਿਆਲਿੰਗ ਸਰੂਪੇ ਸਦਾ ਅੰਗ ਸੰਗੇ ਆਪੰਗੰਗ ਤੇ ਬੁੱਧ ਹੁਣ ਉਹ ਵਿਸਮਾਦ ਹੈ ਸਾਥ ਸੰਗਤ ਹੈ ਜਿਹੜਾ ਜ਼ਰੇ ਜ਼ਰੇ ਕਿਸ ਤਰ੍ਹਾਂ ਦਾ ਉਹਦਾ ਦਰ ਕਿਦਾਂ ਦਾ ਜਿਸ ਦਰ ਨਾਲ ਅਸੀਂ ਜੁੜਨੇ ਆਂ ਜਿਸ ਘਰ ਵਿੱਚ ਬਹਿ ਕੇ ਸਾਨੂੰ ਉਹ ਪਾਲ ਰਿਹਾ ਹੈ ਇਹ ਸਿਰਫ ਕੁਐਸਚਨ ਨਹੀਂ ਜਦੋਂ ਅਸੀਂ ਬਹਿਸ ਦੇ ਤਾਲ ਦੇ ਉੱਤੇ ਸੋਚਾਂਗੇ ਨਾ ਤੇ ਫਿਰ ਅਸੀਂ ਉਹ ਕਵਾਂਗੇ ਵੀ ਦੱਸ ਜੀ ਕਿਹੜੇ ਸਮਾਨ ਦੇ ਉੱਤੇ ਉਹਦਾ ਘਰ ਹੈ ਤਾਂ ਉਹ ਵੇਖਾਂਗੇ ਪਰ ਜਦੋਂ ਅਸੀਂ ਇਸ ਵਿਸਮਾਦ ਨੂੰ ਸਮਝਾਂਗੇ ਉਸ ਸਰਬਵਿਆਪੀ ਪਰਮੇਸ਼ਰ ਜਿਹੜਾ ਇੱਕ ਓੰਕਾਰ ਹੈ ਨਿਰੰਤਰ ਰਮਿਆ ਹੋਇਆ ਵਾਕੇ ਸਾਨੂੰ ਉਹ ਪਾਲਦਾ ਹੋਇਆ ਨਜ਼ਰ ਆਏਗਾ ਜੀ ਸ੍ਰੀਰ ਉੱਥੇ ਹੀ ਸਨ ਮੰਦਰ ਦੀ ਸਰਦਲ ਤੇ ਤੇ ਉਹਨਾਂ ਦੇ ਸਾਹਮਣੇ ਸਵਾਲ ਖੜਾ ਕੀਤਾ ਸੀ ਕੈਸੀ ਆਰਤੀ ਹੋਈ ਇਹ ਹਕੀਕਤ ਤੇ ਸਵਾਲ ਨਹੀਂ ਸੀ ਇੱਕ ਵਿਸਮਾਦੀ ਨਜ਼ਾਰਾ ਸੀ ਇਸੇ ਤਰ੍ਹਾਂ ਗੁਰਮੁਖੋਂ ਮੈਂ ਜਿਹੜਾ ਜ਼ੋਰ ਦੇ ਕੇ ਬੇਨਤੀ ਕਰ ਰਿਹਾ ਕਿ ਇਹ ਸਾਡੀ ਸੋਚ ਅਨਸਾਰ ਸਿਰਫ ਕੁਐਸਚਨ ਨਹੀਂ ਹੈ ਇਹ ਸੁਰਤ ਮੰਡਲ ਦਾ ਨਜ਼ਾਰਾ ਹੈ ਇਹਨੂੰ ਆਪਣੀ ਬਹਿਸ ਦੀ ਸਤਾ ਤੋਂ ਉੱਪਰ ਉੱਠ ਕੇ ਵੇਖਣ ਦਾ ਯਤਨ ਕਰੀਏ ਸੋਦਾਰ ਕੇਹਾ ਦਰ ਤੇ ਘਰ ਇਹ ਗੱਲ ਨੂੰ ਸਮਝੀਏ ਚੰਗੀ ਤਰ੍ਹਾਂ ਜਿਨ ਜਿਨੇ ਦਰ ਨਹੀਂ ਨਾ ਫੜਿਆ ਉਹਨੂੰ ਘਰ ਦੀ ਸਮਝ ਨਹੀਂ ਹੁੰਦੀ ਪਹਿਲਾਂ ਦਰ ਪਹਿਚਾਣ ਵਿੱਚ ਆਉਂਦਾ ਤੇ ਫਿਰ ਘਰ ਸਮਝ ਵਿੱਚ ਆਉਂਦਾ ਹੈ ਤੇ ਜਿਹੜਾ ਦਰ ਛੱਡ ਕੇ ਦਰ ਦਰ ਦਾ ਹੋ ਗਿਆ ਉਹ ਘਰ ਤੱਕ ਨਹੀਂ ਪਹੁੰਚ ਸਕਦਾ ਉਹ ਦਰ ਦਰ ਦੇ ਉੱਤੇ ਪਿਖਾਰੀਆਂ ਵਾਂਗੂ ਮੰਗ ਰਿਹਾ ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ ਕੈਸਾ ਦਰ ਜੀ ਫਰੀਦਾ ਬਾਰ ਪਰ ਆਇਆ ਬਾਰ ਦਾ ਅਰਥ ਵੀ ਦਰ ਦਰ ਦਾ ਮਤਲਬ ਦਰਵਾਜ਼ਾ ਉਹ ਦਰਵਾਜ਼ੇ ਤੋਂ ਪ੍ਰਵੇਸ਼ ਕਰੋਗੇ ਤੇ ਘਰ ਤੱਕ ਆਓਗੇ ਨਾ ਤੇ ਜੇ ਦਰਵਾਜ਼ਾ ਹੀ ਭੁੱਲ ਗਏ ਸਾਧ ਸੰਗਤ ਜੀ ਮੰਗਣ ਵਾਲਾ ਦਰਵਾਜ਼ੇ ਤੇ ਆਵਾਜ਼ ਦਿੰਦਾ ਤੇ ਘਰ ਚੋਂ ਖੈਰ ਪੈਂਦੀ ਤੇ ਜਿਹੜਾ ਬੰਦਾ ਦਾਰੀ ਭੁੱਲ ਜਾਏ ਦਰ ਦਰਤੇ पटक्कन ਲੱਗ ਪਏ ਪਰਾਇਆਂ ਦੇ ਬਾਰ ਵਿੱਚ ਬੈਠਣ ਲੱਗ ਪਏ ਹਿ ਮਾਲਕ ਜੀ ਅਸੀਂ ਨੋਬਤ ਨਾ ਆਏ ਪੀ ਦਰ ਛੁੱਟੇ ਬਾਰ ਪਰਾਇਆਂ ਬੈਸਣਾ ਸਾਈਂ ਮuje ਨਾ ਦੇ ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਇਕ ਤੂੰ ਸੋ ਇਹ ਉਹ ਕੈਸਾ ਦਰ ਹੈ ਜੀ ਸੋ ਦਰ ਕਿਹਾ ਮੁੱਖ ਕਰੀਏ ਬਾਰਨ ਮੁਖੀ ਬਿਰਤੀ ਨੂੰ ਕੋਚ ਕੇ ਤੇ ਉਹਦੇ ਦਰ ਨੂੰ ਪਕੜਨ ਦਾ ਯਤਨ ਕਰੀਏ ਜਿਹੜਾ ਅੰਗ ਸੰਗ ਹੈ ਨਾਲ ਹੈ ਜਿਹੜਾ ਸਾਰਿਆਂ ਚ ਵਿਆਪਕ ਹੈ ਉਹਦਾ ਦਰ ਛੱਡ ਕੇ ਫਿਰ ਹੋਰ ਕਿਤੇ ਦਰ ਤੇ ਜਾਵਾਂਗੇ ਕਿੱਥੋਂ ਲੱਭਣਾ ਫਿਰ ਕਿਸੇ ਨੂੰ ਸੋ ਘਰ ਕਿਹਾ ਹੁਣ ਇਹ ਘਰ ਦਾ ਜਲਵਾ ਕੀ ਦਿਖਾਇਆ ਵੀ ਘਰ ਚ ਕੀ ਹੈ ਜਿਤ ਬਹਿ ਸਰਬ ਸੰਭਾਲੇ ਇੱਕ ਨਿਜਮ ਬੰਨਿਆ ਹੋਇਆ ਤੇ ਉਹਦੇ ਨਿਜਮ ਦੇ ਅਨੁਸਾਰ ਸਾਰੀ ਸ੍ਰਿਸ਼ਟੀ ਜਿਹੜੀ ਆ ਉਹ ਚੱਲ ਰਹੀ ਹੈ। ਹੇ ਮਾਲਕ ਜੀ ਮੈਂ ਫੇਰ ਅਰਜ਼ ਕਰਨਾ ਕਿ ਜਾਪ ਦਾ ਸਵਾਲ ਹੈ, ਕੁਐਸਚਨ ਹੈ ਪਰ ਇਹਦੇ ਤੋਂ ਉੱਪਰ ਤੁਸੀਂ ਸੁਰਤ ਮੰਡਲ 'ਚ ਵੇਖੋਗੇ ਤੇ ਵਿਸਮਾਦ ਵਿੱਚ ਲੈ ਕੇ ਗਏ ਮਹਾਰਾਜ ਤੇ ਸਾਨੂੰ ਸਾਰੀ ਕਾਇਨਾਤ ਵਿੱਚ ਬੈਠ ਕੇ ਇਹਨੂੰ ਚਲਾਉਂਦਾ ਹੋਇਆ ਨਜ਼ਰ ਆਏਗਾ। ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਜਾਓ। ਕੁਦਰਤ ਨੂੰ ਸਾਜ ਕੇ ਵਿੱਚ ਆਸਣ ਲਾ ਕੇ ਬੈਠਾ ਹੋਇਆ ਬੱਕਰਾ ਹੈ ਹੀ ਨਹੀਂ ਆਪਾਂ ਪਹਿਲਾਂ ਬਚਨ ਕਰ ਆਏ ਆ ਕਿ ਪੀਰ ਦਸਤਗੀਰ ਪੁੱਛਦਾ ਕਿ ਖੁਦਾ ਰਹਿੰਦਾ ਕਿੱਥੇ ਹੈ ਜਿਹੜੇ ਤਿੰਨ ਸਵਾਲ ਕੀਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਬਗਦਾਦ ਦੀ ਧਰਤੀ ਤੇ ਤੇ ਪੀਰ ਦਸਤਗੀਰ ਪੁੱਛਦਾ ਵੀ ਰਹਿੰਦਾ ਕਿੱਥੇ ਹੈ ਪਹਿਲਾ ਸਵਾਲ ਸੀ ਵੀ ਇਹ ਖੁਦਾ ਤੋਂ ਪਹਿਲਾਂ ਕੀ ਹੈ ਤੇ ਮਹਾਰਾਜ ਨੇ ਗਿਣਤੀ ਕਰਨ ਵਾਸਤੇ ਕਿਹਾ ਮੋਤੀ ਦੇ ਕੇ ਇੱਕ ਤੋਂ ਹੀ ਸ਼ੁਰੂ ਕਰਦਾ ਹਜ਼ੂਰ ਕਹਿੰਦੇ ਇੱਕ ਤੋਂ ਪਹਿਲਾਂ ਕਹਿੰਦਾ ਕੁਝ ਵੀ ਨਹੀਂ ਹਰਿ ਕਹਿੰਦੇ ਆਹੀ ਸਮਝ ਫਿਰ ਕਿਤਾ ਵੀ ਉਹ ਰਹਿੰਦਾ ਕਿੱਥੇ ਆ ਤੇ ਸੱਚੇ ਬਾਦਸ਼ਾਹ ਹਜ਼ੂਰ ਨੇ ਦੁੱਧ ਦਾ ਕਟੋਰਾ ਮੰਗਵਾ ਕੇ ਤੱਕੀ ਗਏ ਤੱਕੀ ਗਏ ਮੈਂ ਫਿਰ ਬੇਨਤੀ ਕਰ ਰਿਹਾ ਪਹਿਲਾਂ ਵੀ ਆਪ ਜੀ ਦੇ ਸਮਖੇ ਬੇਨਤੀ ਕੀਤੀ ਦਸਤਗੀਰ ਪੀਰ ਪੁੱਛਦਾ ਵੀ ਕੀ ਭਾਲਦੇ ਹੋ ਮਹਾਰਾਜ ਕਹਿੰਦੇ ਇਸ ਦੁੱਧ ਚ ਘਿਓ ਭਾਲਦਾ ਘਿਓ ਢੂੰਡਣਾ ਉਹ ਕਹਿੰਦੇ ਉਹ ਤੇ ਸਾਰੇ ਚ ਸਮਾਇਆ ਹੋਇਆ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਸਾਰਿਆਂ ਚ ਸਮਾਇਆ ਹੋਇਆ ਅਸਮਾਨੀ ਦੁਨੀਆ ਦੇ ਵਿੱਚ ਲੱਭਣ ਦਾ ਯਤਨ ਨਾ ਕਰ ਪਰ ਵਿਸਮਾਦ ਦੀ ਉਸ ਸਤਾ ਤੇ ਜਾ ਜਿੱਥੇ ਤੈਨੂੰ ਪ੍ਰਤੱਖ ਨਿਜਮ ਚਲਾਉਂਦਾ ਹੋਇਆ ਆਪਣੇ ਚ ਵੀ ਦਿਸੇਗਾ ਦੂਜਿਆਂ ਚ ਵੀ ਦਿਸੇਗਾ ਪ੍ਰਗਟ ਤੇ ਹੋ ਜਾਂਦੀ ਹੈ ਜੋਤ ਸਾਧ ਸੰਗਤ ਪਰ ਹੁੰਦੀ ਕਦੋਂ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਦੀਆਂ ਐਨਕਾਂ ਲੱਗਦੀਆਂ ਨੇ ਨਾ ਉਹਨਾਂ ਨੂੰ ਦਿਖਾਈ ਦਿੰਦੀ ਕਿਸ ਤਰ੍ਹਾਂ ਦਾ ਇਹ ਰਾਸ ਹੈ ਕਿ ਉਹੀ ਦਿਸ ਰਿਹਾ ਜੀ ਜਿਤ ਬਹਿ ਸਰਬ ਸਮਾਦੇ ਉਹ ਬੈਠ ਕੇ ਪਾਲਦਾ ਹੋਇਆ ਨਜ਼ਰ ਆ ਰਿਹਾ ਅਗਲਾ ਬਚਨ ਬੜਾ ਕਮਾਲ ਦਾ ਜੀ ਹੁਣ ਜਦੋਂ ਉਹਦਾ ਧਾਰ ਵੇਖਿਆ ਉਹਦਾ ਘਰ ਵੇਖਿਆ ਤੇ ਉਹਦੇ ਘਰ ਵਿੱਚ ਸਭ ਤੋਂ ਪਹਿਲਾਂ ਝਲਕ ਕੀ ਪਈ ਜੀ ਦਰ ਦੀ ਗੱਲ ਕਰਦੇ ਆ ਇਹ ਨਹੀਂ ਕਿ ਆ ਕਿ ਉਹ ਸੋਨੇ ਦੇ ਗੁੰਮਦ ਵਾਲਾ ਡਿਊਟੀ ਇਦਾਂ ਦੀ ਹੈ ਕਾਲੇ ਗੇਟ ਵਾਲਾ ਕਿ ਚਿੱਟੇ ਗੇਟ ਵਾਲਾ ਤੇ ਘਰ ਦੀ ਗੱਲ ਕਰਨੇ ਇਹ ਨਹੀਂ ਕਿ ਆ ਬੀ ਉਹ ਸੋਨੇ ਦੇ ਗੁੰਮਦ ਵਾਲਾ ਹੈ ਉਹ ਗੋਲ ਗੁੰਮਦ ਵਾਲਾ ਹੈ ਕਿ ਉਹ ਤਿੱਖੇ ਗੁੰਮਦ ਵਾਲਾ ਹੈ ਨਹੀਂ ਉਹਦੇ ਦਰ ਤੇ ਘਰ ਵਿੱਚ ਪਹਿਲੀ ਝਲਕ ਕੀ ਹੈ ਜਿਹੜੀ ਅਗਲਾ ਪੰਕਤੀਆਂ ਨਾਲ ਉਹ ਬੜੀ ਜ਼ਰੂਰੀ ਸਮਝਣ ਵਾਲੀ ਹੈ ਸਾਧ ਸੰਗਤ ਉਹ ਅੰਦਰ ਦੀ ਝਲਕ ਦਿਖਾ ਰਹੀ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਯਕੀਨ ਕਰਿਓ ਮੈਂ ਕੋਸ਼ਿਸ਼ ਜ਼ਰੂਰ ਕਰ ਰਿਹਾ ਦੁਹਾਈ ਰੱਬ ਦੀ ਜਪਜੀ ਸਾਹਿਬ ਜੀ ਦੇ ਅਰਥ ਮੇਰੇ ਵਾਸਤੇ ਬਾਤ ਨਹੀਂ ਹੈ ਇਹ ਤੇ ਤੁਹਾਡੀਆਂ ਸੁਰਤਾਂ ਉਡਾਰੀਆਂ ਲਾਉਣਗੀਆਂ ਸਾਲਾਹੀ ਸਾਲਾਹਾ ਇਹਤੀ ਸੁਰਤਨਾ ਪਾਈ ਸੁਰਤ ਦਾ ਮਤਲਬ ਪਤਾ ਕੀ ਇੱਥੇ ਆਪਾਂ ਬੰਦਾ ਅਸੀਂ ਕਈ ਵਾਰ ਇਹਨੇ ਸ਼ਬਦ ਵਰਤੇ ਜਦੋਂ ਮੈਂ ਗਿਆ ਉਹ ਸੁਰਤੀ ਨਹੀਂ ਸੀ ਕਰਦਾ ਕਹਿੰਦੇ ਆ ਨਾ ਕਈ ਵਾਰੀ ਮਤਲਬ ਕੀ ਹੁੰਦਾ ਕਿ ਉਹਨੂੰ ਸੋਝੀ ਨਹੀਂ ਸੀ ਆਪਣੀ ਉਹਨੂੰ ਹੋਸ਼ ਨਹੀਂ ਸੀ ਆਪਣੀ ਬੰਦਾ ਬੇਹੋਸ਼ ਹੋਵੇ ਉਹਨੂੰ ਪਤਾ ਨਾ ਲੱਗੇ ਕੁਝ ਵੀ ਤੇ ਅਸੀਂ ਕਹਿੰਦੇ ਜਦੋਂ ਅਸੀਂ ਗਏ ਸੀ ਉਹ ਸੁਰਤ ਹੀ ਨਹੀਂ ਸੀ ਕਰਦਾ ਹੁਣ ਸੁਰਤ ਦਾ ਮਤਲਬ ਕੀ ਹੈ ਸੋਜੀ ਸਿਫਤ ਸਲਾਹਕਰ ਰਾਜ-ਰਾਜ ਕੇ ਕਰ ਸਾਲਾਹੀ ਸਲਾਹਾ ਪਰ ਇਹ ਮਤ ਸੋਚੀ ਇਹ ਤੀ ਸੁਰਤ ਨਾ ਪਾਈ ਹੈ ਕਿ ਮੈਂ ਸੋਜੀ ਪਾ ਲਈ ਸਾਰੀ ਇਹ ਸਭ ਤੋਂ ਵੱਡੀ ਮੂਰਖਤਾ ਪਹਿਲਾ ਬਚਨ ਆਪਾਂ ਪੜਿਆ ਜੀ ਜੇ ਕੋ ਆਖਿਆ ਬੋਲ ਵਿਗਾਰ ਇਹ ਗਵਾਰਾ ਸਿਰ ਗਵਾਰ ਹੋਏਗਾ ਜਿਹੜਾ ਬੰਦਾ ਕਹੇਗਾ ਮੈਂ ਸਾਰਾ ਅੰਤ ਪਾ ਲਿਆ ਜੀ ਨਹੀਂ ਭਾਈ ਤਾਂ ਲਿਖੀ ਹੈ ਸਿਰ ਗਵਾਰਾ ਗਵਾਰ ਇਹ ਤੇ ਵਿਗੜੇ ਹੋਏ ਬੋਲ ਹੋਣਗੇ ਜੇ ਮੈਂ ਕਹਾਂ ਕਿ ਮੈਂ ਸਮਝ ਲਿਆ ਨਹੀਂ ਭਾਈ ਵਾਕਿਆ ਨਹੀਂ ਸਮਝਿਆ ਜਾ ਹਾਂ ਸਲਾਹੀ ਸਲਾ ਤੂੰ ਸਿਫਤ ਸਲਾਹ ਕਰੀ ਜਾ ਕਰੀ ਜਾ ਉਹ ਹੈ ਹੀ ਸਿਫਤ ਸਲਾਹ ਰੂਪ ਹੈ ਤੇ ਕੀ ਹੋਏਗਾ ਜੀ ਕਰੀ ਜਾਣ ਨਾਲ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਪਾਰ ਉਤਾਰਾ ਹੋ ਜਾਏਗਾ ਤੇਰਾ ਇਹ ਸਿਫਤ ਸਲਾਹ ਤੈਨੂੰ ਪਾਰ ਲਾ ਦੇਗੀ ਡੁੱਬਣ ਨਹੀਂ ਦੇਗੀ ਤੇਰੇ ਅੰਦਰ ਗੁਣ ਬਣ ਕੇ ਵਰਤ ਜਾਏਗੀ ਇਹ ਨਾ ਕਹੀਂ ਕਿ ਮੈਂ ਅੰਤ ਪਾ ਲਿਆ ਹੁਣ ਸੋ ਦਰ ਤੋਂ ਸੋ ਘਰ ਤੱਕ ਨਜ਼ਾਰਾ ਵੇਖ ਕੇ ਨਾ ਜਿੱਥੇ ਉਹ ਬੈਠਾ ਸੀ ਸੰਭਾਲ ਰਿਹਾ ਤੇ ਉਹਦੇ ਅੰਦਰ ਦੀ ਝਲਕ ਕੀ ਹੈ ਜੀ ਜਿਹੜੀ ਲੜਾਈ ਸੰਸਾਰ ਨੇ ਪਾਈ ਹੋਈ ਸੀ ਕਿ ਮੇਰੇ ਵਾਲੀ ਬਿਲਡਿੰਗ ਜਿਹੜੀ ਹੈ ਇਹ ਰੱਬ ਦਾ ਘਰ ਦੂਜਾ ਕਹਿੰਦਾ ਮੇਰੇ ਵਾਲੀ ਬਿਲਡਿੰਗ ਰੱਬ ਦਾ ਘਰ ਉਹਦੀ ਨਿਸ਼ਾਨੀ ਕੀ ਹੈ ਤੇ ਗੁਰੂ ਸਾਹਿਬ ਜੀ ਨੇ ਨਿਸ਼ਾਨੀ ਕੰਧਾਂ ਦੀ ਨਹੀਂ ਦੱਸੀ ਰੰਗ ਦੀ ਨਹੀਂ ਦੱਸੀ ਬਿਲਡਿੰਗ ਦੇ ਡਿਜ਼ਾਈਨ ਦੀ ਨਹੀਂ ਦੱਸੀ ਸਾਧ ਸੰਗਤ ਗੁਰੂ ਸਾਹਿਬ ਜੀ ਕਹਿੰਦੇ ਉਹਦੀ ਨਿਸ਼ਾਨੀ ਕੀ ਹੈ ਉੱਥੇ ਕੀ ਹੈ ਨਾਦ ਨਾਦ ਮਤਲਬ ਸ਼ਬਦ ਤੁਣ ਬਿਸਮਤ ਤੋਂ ਅਨਹਦ ਤੋਂ ਅਬ ਅਗਲੀ ਪੰਕਤੀ ਪਹਿਲਾਂ ਕਿਆ ਸੋਦਾਰ ਕਿਹਾ ਬੜੇ ਠੰਮੇ ਨਾਲ ਇਹਨੂੰ ਸਮਝਣਾ ਰਸ ਨਾਲ ਆਨੰਦ ਨਾਲ ਪੂਰਾ ਕਾਲੀ ਨਾਲ ਨਹੀਂ ਸੋਦਾਰ ਕਿਹਾ ਸੋ ਘਰ ਕਿਹਾ ਜੇ ਲਾਉਣੇ ਹੁੰਦੇ ਇਹਦੇ ਅੱਗੇ ਕੁਐਸਚਨ ਮਾਰਕ ਲੱਗਣਗੇ ਪਰ ਨਹੀਂ ਸਾਡੀ ਸੁਰਤ ਉਸ ਪ੍ਰੇਮ ਰੰਗ ਚ ਰੰਗੀ ਗਈ ਵੀ ਤੂੰ ਬੈਠਾ ਕੈਸਾ ਕੈਸੇ ਪਾਲ ਰੀਆਂ ਵੇਖਿਆ ਕਿਦਾਂ ਚਲਾ ਰੀਆਂ ਸੰਸਾਰ ਕਿਦਾਂ ਸਾਰੀ ਪ੍ਰਕਿਰਤੀ ਟਿਕੀ ਹੋਈ ਐ ਸਾਰੀ ਕਰਤਾ ਪ੍ਰਖ ਵਾਏ ਗੁਰੂ ਜੀ ਕਿਵੇਂ ਸਾਰਾ ਗ੍ਰਹਿਾਂ ਦਾ ਸਾਰਾ ਬੈਲੈਂਸ ਬਣਿਆ ਹੋਇਆ ਕਾਦੇ ਆਸ੍ਰਿਆ ਧਰਤੀ ਬਿੰਥਮੈ ਗगन ਰਹਾਇਆ ਹੁਣ ਉਹ ਸੋਧਦਾਰ ਸੋ ਘਰ ਤੋਂ ਉਸ ਝਲਕ ਨੂੰ ਵੇਖਣਾ ਸ਼ੁਰੂ ਕੀਤਾ ਤੇ ਅਗਲਾ ਬਚਨ ਆਇਆ ਵਾਜੇ ਨਾਦ ਨਾਦ ਮਤਲਬ ਧੁਨ ਆਵਾਜ਼ ਸ਼ਬਦ ਸ਼ਬਦ ਵੱਜ ਰਿਹਾ ਕਿੰਦਾ ਦੀ ਤੁਹਾਨੂੰ ਗੂੰਜ ਰਹੀ ਹੈ ਤੁਸੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜਗਤ ਨੂੰ ਠੰਡ ਪਾਉਣ ਵਾਲੀ ਜਿਹੜੀ ਫੇਰੀ ਸ਼ੁਰੂ ਹੁੰਦੀ ਹੈ ਨਾ ਜੀ ਜਗਤ ਤਾਰਨ ਵਾਸਤੇ ਜਗਤ ਸਰ ਦੇ ਬਲ ਦੇ ਨੂੰ ਠਾਰਨ ਵਾਸਤੇ ਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਕੀ ਮੰਗਾਉਂਦੇ ਆ ਸਾਜ ਮਹਾਰਾਜ ਕਹਿੰਦੇ ਭਾਈ ਫਰੰਦੇ ਕੋਲ ਚਲਿਆ ਜਾ ਤੇ ਮਰਦਾਨਾ ਜੀ ਰਬਾਬ ਲੈ ਕੇ ਆਓ ਸ਼ਬਦ ਤੇ ਸਾਜ ਦੋਵੇਂ ਜਦੋਂ ਜੁੜਦੇ ਆ ਤੇ ਗੁਰੂ ਨਾਨਕ ਸਾਹਿਬ ਕੀਰਤਨ ਆਰੰਭ ਕਰਦੇ ਆ ਇੱਥੇ ਵੀ ਮਹਾਰਾਜ ਕਹਿੰਦੇ ਵੀ ਨਾਦ ਗੂੰਜ ਰਿਹਾ ਹੈ ਅਕਾਲ ਪੁਰਖ ਦੀ ਤਾਂ ਕਿ ਆਸੀ ਸੱਚਖੰਡ ਵਸਿਆ ਨਿਰੰਕਾਰ ਤੇ ਸੱਚਖੰਡ ਕਿਹੜਾ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਬੈਕੁੰਠ ਮਤਲਬ ਸੱਚਖੰਡ ਜਿੱਥੇ ਤੇਰੀ ਕੀਰਤੀ ਦੀਆਂ ਧੁਨਾ ਗੂੰਜਦੀਆਂ ਨੇ ਕਰਤਾ ਪੁਰਖ ਵਾਹਿਗੁਰੂ ਉਹ ਸੱਚਖੰਡ ਹੈ ਤੇ ਸੱਚਖੰਡ ਵਿੱਚ ਵਾਹਿਗੁਰੂ ਜੀ ਦਾ ਵਾਸ ਹੈ ਹੁਣ ਜਿੱਥੇ ਬੈਠ ਕੇ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਨੂੰ ਪਾਲ ਰਿਹਾ ਉਹਦਾ ਘਰ ਕੀ ਹੈ ਉਥੋਂ ਨਾਦ ਆ ਰਿਹਾ ਧੁਨ ਸੁਣਾਈ ਦੇ ਰਹੀ ਉਹ ਤਾਂ ਸ਼ਬਦ ਸੁਣਾਈ ਦੇ ਰਿਹਾ ਕਾਦੀ ਤੁਹਾਨੂੰ ਸੁਣਾਈ ਦੇ ਰਹੀ ਹੈ ਵਾਜੇ 나ਦ ਅਨੇਕ ਅਸੰਖਾਂ ਆ ਜਿਹੜੇ ਦੁਨੀਆ ਵਾਲੇ ਸਾਜ ਠੀਕ ਹੈ ਇੱਕ ਸ਼ੁਰੂਆਤ ਵਸੀਲਾ ਹੈ ਸਾਡੀ ਸੁਰਤ ਕੀਰਤਨ ਦੇ ਰਾਸ ਵਿੱਚ ਭੇਜਦੀ ਹੈ ਲੀਨ ਹੁੰਦੀ ਸ਼ਬਦ ਨਾਲ ਜੁੜਦੀ ਹੈ ਪਰ ਜਿਹੜੇ 나ਦ ਮੇਰੇ ਵਾਹਿਗੁਰੂ ਜੀ ਦੀ ਕੀਰਤੀ ਦੇ ਗੂੰਜ ਰਹੇ ਹਨ ਉਹ ਅਸੰਖਾਂ ਸਾਜਾਂ ਤੋਂ ਉੱਚੇ ਹਨ ਵਾਜੇ ਨਾਦ ਅਨੇਕ ਅਸੰਖਾਂ ਤੇ ਅਗਲਾ ਬਚਨ ਮਾਰੇ ਕਹਿੰਦੇ ਕੇਤੇ ਵਾਵਨਹਾਰੇ ਪਤਾ ਨਹੀਂ ਜਿਵੇਂ ਅਸੰਖਾਂ ਹੀ ਸਾਜ ਨੇ ਤੁਨਾਨੇ ਤੇ ਅਸੰਖਾਂ ਹੀ ਵਜਾਉਣ ਵਾਲੇ ਵਾਵਨਹਾਰੇ ਮਤਲਬ ਵਜਾਉਣ ਵਾਲੇ ਸੋਦਰ ਕਿਹਾ ਕਿੱਦਾਂ ਉਹਨੂੰ ਬਿਆਨ ਕਰਾਂਗੇ ਸਾਰਾ ਕੁਝ ਕਹਿ ਕਹਿ ਕੇ ਕਹਿ ਕਹਿ ਕੇ ਫਿਰ ਮਾਰੇ ਕਹਿੰਦੇ ਨਹੀਂ ਕਹਿ ਸਕਦਾ ਸਲਾਹੀ ਸਲਾਹ ਇਤੀ ਸੁਰਤ ਨਾ ਪਾਈਆ ਕਿਉਂ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਪੈਗੇ ਜਦੋਂ ਸਮੁੰਦਰ ਚ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀ ਐ ਫਿਰ ਕਿੱਥੇ ਦੱਸਣ ਜੁਗੇ ਰਹਿਗੇ ਫਿਰ ਤੇ ਲੀ ਨਹੀਂ ਹੋਗੇ ਉਹ ਨਾਦ ਉਹ ਵਿਸਮਾਦ ਉਹ ਧੁਨ ਉਹ ਸ਼ਬਦ ਦੀ ਗੂੰਜ ਉਹ ਰੱਬੀ ਕੀਰਤੀ ਰੋਜ਼ ਅਨੰਦ ਸਾਹਿਬ ਦੇ ਬਚਨ ਪੜਦੇ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਇਤੁ ਪਰੀਆਂ ਦਾ ਅਰਥ ਹੈ ਰਾਗਣੀਆਂ ਪਤਾ ਨਹੀਂ ਕਿੰਨੀਆਂ ਕਾ ਰਾਗ ਰਾਗੜੀਆਂ ਤੇਰੇ ਸ਼ਬਦ ਨੂੰ ਗਾ ਰੀਆਂ ਵਾਹਿਗੁਰੂ ਜੀ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਓ ਕਹੀਆਂ ਆ ਗਿਆ ਬਚਨ ਅਗੇ ਪਤਾ ਨਹੀਂ ਕਿੰਨੇ ਕਾ ਰਾਗ ਪਰੀ ਮਤਲਬ ਰਾਗਣੀਆਂ ਇਸਤਰੀਆਂ ਕੇਤੇ ਰਾਗ ਪਰੀ ਸਿਓ ਕਹੀਆਂ ਕੇਤੇ ਗਾਵਨ ਹਾਰੇ ਕਿੰਨੇ ਕ ਵਜੰਤਰੀ ਕਿ ਪਤਾ ਨਹੀਂ ਜਿਹੜੇ ਪਹਿਲਾਂ ਕਹਿਣਾ ਹੋਰ ਕੇਤੇ ਤਦ ਨੂੰ ਗਾਵਨ ਪਕਿਆ ਪਹਿਲਾ ਬਚਨ ਕੀ ਅੱਖਾਂ ਹੀ ਸਾਰਾ ਆਖਾਂ ਸਿੱਧ ਅੱਖਾਂ ਕਿਤੇ ਕੀਤੇ ਬੁੱਧ ਪਤਾ ਨਹੀਂ ਕਿੰਨੇ ਇੱਕ ਮਹਾਰਾਜੀ ਇਹ ਸਾਰੇ ਤੈਨੂੰ ਗਾ ਰਹੇ ਐ ਇੱਥੇ ਵੀ ਕਿਹਾ ਵੀ ਪਤਾ ਨਹੀਂ ਕਿੰਨੇ ਇੱਕ ਨਾਦ ਵਜ ਰਹੇ ਕਿੰਨੇ ਇੱਕ ਸਾਜ਼ ਵਜ ਰਹੇ ਕਿੰਨੇ ਕਿ ਤੈਨੂੰ ਗਾ ਰਹੇ ਨੇ ਕਰਤਾ ਪ੍ਰਖਵੈ ਗੁਰੂ ਨਰੰਤਰ ਗਾ ਰਹੇ ਨੇ ਕਿਤੇ ਰਾਗ ਪਰਿਸ਼ਿਓ ਕਹੀ ਅਨ ਕੇਤੇ ਗਾਵਣ ਹਾਰੇ ਗਾਵੈ ਤਹ ਨੂੰ ਪਾਉਣ ਪਾਣੀ ਬੈਸੰਤਰ ਪੌਣ ਮਤਲਬ ਹਵਾ ਪਾਣੀ ਜਲ ਪਾਣੀ ਆਬ ਕੁਝ ਵੀ ਕਹਿ ਲਈ ਅਰਥ ਇੱਕੋ ਹੀ ਹੈ ਤੇ ਬੈਸੰਤਰ ਮਤਲਬ ਅੱਗ ਕਮਾਲ ਹੋ ਗਈ ਜੀ ਇਹ ਕਿਦਾਂ ਗੁੰਦੇ ਆ ਜੀ ਇਹਦੇ ਚ ਰੱਬ ਦੀ ਅਸੀਂ ਕਿਦਾਂ ਨਾਦ ਸੁਣਨਾ ਹੈ ਰੱਬ ਦਾ ਗੁਣ ਕਿਦਾਂ ਸੁਣਨਾ ਹੈ ਸੁਣ ਕੇ ਤੇ ਵੇਖ ਪੌਣ ਕੀ ਕਰਦੀ ਹੈ ਜੈਸੇ ਰਾਜ ਰੰਗ ਕੋ ਲੱਗ ਹੈ ਤੁਲਪਵਾਣ ਉਹਦਾ ਨਾਦ ਕੀ ਆ ਉਹਦਾ ਗੁਣ ਤੇ ਉਹਦਾ ਗੁਣ ਕੀ ਆ ਉਹ ਕੰਗਾਲ ਹੋਵੇ ਅਮੀਰ ਹੋਵੇ ਪਾਪੀ ਹੋਵੇ ਪੁੰਨੀ ਹੋਵੇ ਸਾਰਿਆਂ ਨੂੰ ਬਰਾਬਰ ਸਾਹ ਮਿਲਦੇ ਆ ਨਾ ਬਰਾਬਰ ਹਵਾ ਮਿਲਦੀ ਹੈ ਵੈਗੁਰੂ ਜੀ ਦਾ ਗੁਣ ਹਵਾ ਚੋਂ ਚਲ ਕਰਿਆ ਹੈ ਇਸੇ ਲਈ ਕਿਹਾ ਉਹ ਤੇਰੀ ਕੀਰਤੀ ਤੇਰੇ ਗੁਣ ਉਹਦੇ ਚੋਂ ਸੁਣਾਈ ਦੇ ਰਹੇ ਆ ਮਹਾਰਾਜ ਜੀ ਸੁਣ ਕੇ ਤੇ ਵੇਖ ਉਹ ਵਿਤਕਰਾ ਕਰਦੀਆਂ ਵੀ ਇਹ ਚੰਗਾ ਨਹੀਂ ਹੈ ਇਹ ਮੇਰੇ ਧੜੇ ਦਾ ਨਹੀਂ ਹੈ ਅਸੀਂ ਤੇ ਕਵਾਂਗੇ ਪੇਨ ਨੂੰ ਮੈਂ ਇੱਥੇ ਬੈਠਣ ਨਹੀਂ ਦੇਣਾ ਇਹ ਮੈਨੂੰ ਚੰਗਾ ਨਹੀਂ ਲੱਗਦਾ ਉਹ ਮੇਰਾ ਦੁਸ਼ਮਣ ਹੈ ਉਹ ਸਾਰਿਆਂ ਨੂੰ ਇੱਕ ਸਮਾਨ ਹਵਾ ਮਿਲ ਰਹੀ ਹੈ ਪਾਣੀ ਅਸਮਾਨ ਤੋਂ ਬਰਸਾਤ ਹੋ ਰਹੀ ਹੈ ਉਹ ਕਹਿੰਦੀ ਹੈ ਵੀ ਮੈਂ ਮਾੜੇ ਥਾਂ ਤੇ ਨਹੀਂ ਵਰਨਾ ਮੈਂ ਚੰਗੇ ਥਾਂ ਤੇ ਵਰਸਣਾ ਇਹ ਗੰਦਾ ਥਾਂ ਹੈ ਇਹ ਪੂਜਣਯੋਗ ਥਾਂ ਹੈ ਪਾਣੀ ਤੇ ਸਾਰਿਆਂ ਨੂੰ ਬਰਾਬਰ ਬਰਸ ਰਿਹਾ ਜੀ ਸਾਰਿਆਂ ਨੂੰ ਸਿੰਜ ਰਿਹਾ ਸਾਰੀ ਧਰਤੀ ਨੂੰ ਬਰਾਬਰ ਸਿੰਜ ਰਿਹਾ ਉਹ ਵੱਖਰੀ ਗੱਲ ਹੈ ਕਿ ਟਿੱਬੇ ਉਸ ਪਾਣੀ ਨੂੰ ਨਹੀਂ ਸਾਂਭ ਸਕਦੇ ਤੇ ਨਿਵਾਨ ਵਾਲਾ ਥਾਂ ਸਾਂਭ ਲੈਂਦਾ ਉਹ ਵੱਖਰੀ ਗੱਲ ਹੈ ਪਰ ਬਰਸ ਤੇ ਬਰਾਬਰ ਰਿਹਾ ਨਾ ਪਾਣੀ ਦਾ ਸੁਭਾਅ ਕੀ ਹੈ ਇਸੇ ਤਰ੍ਹਾਂ ਅੱਗ ਦਾ ਸੁਭਾਅ ਕੀ ਹੈ ਸਾਧ ਸੰਗਤ ਅੱਗ ਦਾ ਗੁਣ ਸਾਡੇ ਸਰੀਰ ਵਿੱਚ ਵੀ ਹੈ ਸਾਰਿਆਂ ਦੇ ਸਰੀਰ ਚ ਅਗਨੀ ਹੈ ਉਸ ਅਗਨ ਦੇ ਆਸਰੇ ਭੋਜਨ ਪਕ ਰਿਆ ਉਸ ਅਗਨ ਦੇ ਕਰਕੇ ਸਾਡਾ ਜਨਮ ਹੋਇਆ ਜਿਹੜੇ ਅਸੀਂ 9 ਮਹੀਨੇ ਮਾਂ ਦੇ ਉਧਰ ਵਿੱਚ ਰਹੇ ਇਸੇ ਤਰ੍ਹਾਂ ਬਾਹਰ ਦੀ ਅਗਨ ਸਾਡਾ ਆਰੰਭ ਵੀ ਅੱਗ ਤੋਂ ਹੁੰਦਾ ਸਾਡਾ ਅੰਤ ਵੀ ਅੱਗ ਨਾਲ ਹੋਣਾ ਸਾਧ ਸੰਗਤ ਭਾਵੇਂ ਧਰਤੀ ਥੱਲੇ ਦੱਬਦੀ ਏ ਉੱਥੇ ਵੀ ਉਸੇ ਸੇਕ ਨਾਲ ਅਸੀਂ ਖਤਮ ਹੋਣਾ ਸਰੀਰ ਨੇ ਤੇ ਜਿਹੜੇ ਅੱਗ 'ਚ ਪਾਉਂਦੇ ਨੇ ਲੱਕੜ 'ਚ ਸਾੜਦੇ ਉਹ ਵੀ ਉਸੇ ਸੇਕ ਨਾਲ ਹੁਣ ਇਹ ਪਾਉਣ ਹੈ ਪਾਣੀ ਹੈ ਬਸੰਤਰ ਹੈ ਆਗਿਆ ਜਿਹੜੀ ਕੀ ਇਹ ਵਿਤਕਰਾ ਕਰਦੀ ਵੀ ਕਿਸੇ ਨਾਲ ਜੀ ਅਸੀਂ ਅੰਦਰੇ ਤਰਕ ਕਰ ਲਈਏ ਸਵਾਲ ਕਰ ਲਈਏ ਵੀ ਹਵਾ ਕਿੱਦਾਂ ਘੁੰਦੀ ਆ ਜੀ ਪਾਣੀ ਕਿੱਦਾਂ ਗੁੰਦਾ ਆ ਜੀ ਅੱਗ ਕਿੱਦਾਂ ਗੁੰਦੀ ਆ ਜੀ ਇਹਦੇ ਵਿੱਚੋਂ ਵਾਹਿਗੁਰੂ ਜੀ ਵਾਲਾ ਪ੍ਰਕਿਰਤੀ ਵਿੱਚੋਂ ਵਾਹਿਗੁਰੂ ਜੀ ਵਾਲਾ ਗੁਣ ਚਲ ਕਰਿਆ ਤੇ ਗੋਣੀ ਤੇ ਕੀਰਤਨ ਸੁਣ ਕੇ ਤੇ ਵੇਖ ਤੈਨੂੰ ਹਵਾ ਵੀ ਸਿਖਾਏਗੀ ਕਿ ਬਰਾਬਰਤਾ ਕੀ ਹੁੰਦੀ ਆ ਤੈਨੂੰ ਪਾਣੀ ਵੀ ਸਿਖਾਏਗਾ ਕਿ ਪਿਆਸ ਕਿੱਦਾਂ ਬੁਝਾਈਦਾ ਹੈ ਇਕ ਸਰਤਾ ਕੀ ਹੁੰਦੀ ਸਾਰਿਆਂ ਤੇ ਕਿਵੇਂ ਵਰਸਣਾ ਪਾਣੀ ਤੱਤਾ ਵੀ ਹੋ ਜੇ ਨਾ ਤਾਂ ਵੀ ਪਾਈਏ ਅੱਗ ਤੇ ਤੇ ਅੱਗ ਬੁਝਾਉਂਦਾ ਪਾਣੀ ਵੀ ਸਖਾਏਗਾ ਤੈਨੂੰ ਸੀਤਲਤਾ ਕੀ ਹੁੰਦੀ ਹੈ ਬਸੰਤਰ ਸਖਾਏਗੀ ਤੈਨੂੰ ਕਿਵੇਂ ਭਲਾ ਕਰਨਾ ਹੈ ਕਿਸੇ ਦਾ ਸਿਰਫ ਸਰਦੀ ਨਹੀਂ ਸਾਡੇ ਸਰੀਰ ਦੇ ਅੰਦਰ ਭੋਜਨ ਹੀ ਨਾ ਪੱਕੇ ਹਜ਼ਮ ਹੋਵੇ ਜੇ ਸਾਡੇ ਜਿਸਮ 'ਚ ਅੱਗ ਨਾ ਹੋਵੇ ਮਾਰੇ ਕਹਿੰਦੇ ਗੁਣ ਅਸਲ ਚ ਨੇ ਨਾ ਜਿਹੜੇ ਇਹ ਸਮਝ ਲਓ ਵੀ ਰੱਬ ਦੇ ਗੁਣ ਨੇ ਤੂੰ ਸੁਣ ਕੇ ਤੇ ਵੇਖ ਤੈਨੂੰ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਵਿੱਚੋਂ ਵਾਹਿਗੁਰੂ ਦੀ ਮਹਿਕ ਆਵੇਗੀ ਮਹਿਕ ਤੈਨੂੰ ਨਾਦ ਸੁਣਾਈ ਦੇਗਾ ਤੈਨੂੰ ਉਹਦੇ ਗੁਣਾ ਦੀ ਧੁਨ ਸੁਣਾਈ ਦੇਗੀ ਪ੍ਰਕਿਰਤੀ ਦੇ ਕਣ ਕਣ ਤੋਂ ਜ਼ਰਰੇ ਜ਼ਰਰੇ ਵਿੱਚੋਂ ਤਾਂ ਕਿਹਾ ਸੀ ਕੁਦਰਤ ਕਰਕੇ ਵਸਿਆ ਸੋਏ ਗਾਮ ਹੈ ਤਹਨੋਂ ਪਾਉਣ ਪਾਣੀ ਬੈਸੰਤਰ ਗਵਰਾ ਦਾ ਰਾਜਾ ਧਰਮ ਦੁਆਰੇ ਹੁਣ ਆ ਵੀ ਸਵਾਲ ਬੜਾ ਕਮਾਲ ਦਾ ਜਿਹੜੀ ਕੱਲ ਆਪਾਂ ਵਿਸਥਾਰ ਨਾਲ ਗੱਲ ਕਰਨ ਦਾ ਮੈਂ ਯਤਨ ਤੁਹਾਡੇ ਚਰਨਾਂ 'ਚ ਕੀਤਾ ਸੀ ਵੀ ਗੁਰੂ ਸਾਹਿਬ ਜੀ ਨੇ ਨਾਮ ਵੀ ਵਰਤੇ ਲੋਕ ਲੋਕੋਕ ਤਰੀਆਂ ਦੰਦ ਕਥਾਵਾਂ ਪੁਰਾਣਿਕ ਕਹਾਣੀਆਂ ਤਤੇਬਾਂ ਦੇ ਨਾਮ ਵਰਤੇ ਮਹਾਰਾਜ ਨੇ ਪਰ ਵਰਤੇ ਕਿਸ ਸੰਦਰਭ ਵਿੱਚ ਜੀ ਹੁਣ ਆ ਜਿਹੜੀਆਂ ਗੱਲਾਂ ਨੇ ਧਰਮਰਾਜ ਚਿੱਤਰਗੁਪਤ ਇਹ ਸਾਰਾ ਕੁਝ ਜਿਹੜਾ ਸੀ ਉਹ ਪ੍ਰਾਣਿਕ ਕਹਾਣੀਆਂ ਵਿੱਚੋਂ ਸਾਨੂੰ ਮਿਲਦਾ ਪਰ ਗੁਰੂ ਸਾਹਿਬ ਜੀ ਨੇ ਇਹ ਨਾਮ ਵਰਤ ਕੇ ਸਾਨੂੰ ਸਿਖਾਇਆ ਕਿ ਕਿ ਵਾਹਿਗੁਰੂ ਜੀ ਵੱਡਾ ਹੈ ਤੇ ਇਹ ਸਾਰੇ ਉਹਦੀ ਉਹਨੂੰ ਗਾਉਣ ਵਾਲੇ ਹੁਣ ਜਿਹੜੇ ਗਾਉਣ ਵਾਲੇ ਹੁੰਦੇ ਆ ਉਹ ਕੀ ਹੁੰਦੇ ਆ ਉਹਦੀ ਅੰਚ ਵੱਡਾ ਕੌਣ ਹੈ ਕਰਤਾ ਪ੍ਰੁਰਖ ਵਾਹਿਗੁਰੂ ਧਰਮਰਾਜ ਵੱਡਾ ਨਹੀਂ ਅਸੀਂ ਕਹੀਏ ਵੀ ਆ ਜਿਹੜਾ ਫਲਾਣਾ ਬੰਦਾ ਨਾ ਬੜਾ ਵੱਡਾ ਗਿਆਨੀ ਹੈ। ਇਦਾਂ ਹੀ ਅੱਜ ਸੰਸਾਰ ਤੇ ਹੋ ਰਿਹਾ। ਕਿੱਡਾ ਧੋਖਾ ਹੈ। ਇੱਕ ਨਾ ਆਪਾਂ ਸ਼ਬਦ ਵਰਤਦੇ ਹੁੰਦੇ ਸੀ ਕਦੀ ਕਦੀ ਮੈਂ ਵੀ ਵਰਤਦਾ ਸੀ ਕਿ ਗੁਰੂ ਦੀ ਗੱਲ ਸੁਣਾਉਂਦਾ ਫਲਾਣਾ ਬੰਦਾ। ਗਲਤ ਹੋ ਗਿਆ ਹੁਣੇ ਸ਼ਬਦ। ਗੱਲ ਇਹ ਉਹ ਨਹੀਂ ਹੈ ਜਿਹੜੀ ਗੁਰੂ ਦੀ ਸੁਣਾਵੇ। ਕਿਸ ਮਕਸਦ ਲਈ ਸੁਣਾਉਂਦਾ ਹੈ? ਬੜੇ ਡੇਰੇ ਨੇ ਗੁਰਮਖੋ ਦੇ ਧਾਰੀ ਗੁਰੂਆਂ ਦੇ ਜਿਹੜੇ ਬਾਣੀ ਨੂੰ ਕੋਟ ਕਰਦੇ। ਬਾਣੀ ਨੂੰ ਲੈ ਕੇ ਵਰਤਦੇ ਆ ਸ਼ਬਦ ਪੜ ਰਹੇ ਹੋਣਗੇ ਗੁਰਬਿੰ ਘੋਰ ਅੰਧਾਰ ਜੋੜ ਰਹੇ ਸਰੀਰ ਨਾਲ ਹੋਣਗੇ ਹੁਣ ਗੁਰਬਿੰ ਘੋਰ ਅੰਧਾਰ ਗੁਰੂ ਬਿੰ ਸਮਝ ਨਾ ਆਵੇ ਹੈ ਤੇ ਬਾਣੀ ਦੀ ਗੱਲ ਹੈ ਸੁਣਾਗਲਾ ਬਾਣੀ ਦੀ ਗੱਲ ਰਿਹਾ ਪਰ ਕਿਸ ਮਕਸਦ ਲਈ ਸੁਣਾ ਰਿਹਾ ਕਿਸੇ ਦੇਹਧਾਰੀ ਦੇ ਪੈਰੀ ਲਾਉਣ ਵਾਸਤੇ ਮੈਂ ਡਿਸਕਸ਼ਨ ਕਰਕੇ ਵੇਖੀ ਜੀ ਬੜੇ ਦੇਹਧਾਰੀਆਂ ਦੇ ਚੇਲਿਆਂ ਨਾਲ ਉਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖਾਂ ਨੂੰ ਨਹੀਂ ਕੋਟ ਕਰਨੀ ਆਉਂਦੀ ਜਿੰਨੀ ਉਹਨਾਂ ਨੂੰ ਆਉਂਦੀ ਹੈ ਇੱਥੇ ਧੋਖਾ ਨਾ ਖਾ ਜੀਏ ਇਹ ਤੇ ਬਾਣੀ ਦੀ ਗੱਲ ਸੁਣਾ ਰਿਹਾ ਵਡਾ ਕੌਣ ਜੀ ਦਾ ਗਿਆਨ ਹੈ ਬੜੀ ਦੁਨੀਆ ਮੈਂ ਵੇਖੀ ਫਲਾਣੇ ਬਾਬਾ ਜੀ ਨੇ ਕਿਹਾ ਸੀ ਕਿ ਨਸ਼ਾ ਛੱਡ ਦੇ ਅਸੀਂ ਛੱਡ ਤਾ ਹੁਣ ਉਸ ਬਾਬਾ ਜੀ ਨੇ ਗਿਆਨ ਕਿੱਥੋਂ ਲਿਆ ਉਹਨਾਂ ਨੇ ਨਾਲ ਬਾਣੀ ਦੀ ਪੰਕਤੀ ਵੀ ਸੁਣਾਈ ਸੀ ਜਿਤ ਪੀਤਾ ਮਤ ਦੂਰ ਹੋਏ ਤੋ ਖਾਕੀ ਕੀਤਾ ਕਿ ਜਿੱਥੋਂ ਖਜ਼ਾਨਾ ਮਿਲਿਆ ਸੀ ਉਹਦਾ ਨਾਂ ਨਹੀਂ ਦੱਸਿਆ ਬੰਦਿਆਂ ਨਾਲ ਧੋਖਾ ਹੋ ਗਿਆ ਵੀ ਆਹ ਵੱਡਾ ਐਨੇ ਵੱਡੀ ਗੱਲ ਕੀਤੀ ਆ ਅੱਜ ਮੈਂ ਤੁਹਾਨੂੰ ਸੈਕ੍ਰੀ ਉਹ ਮਨੁੱਖ ਸੁਨਖ ਦਿਖਾ ਸਕਦਾ ਜਿਹੜੇ ਅਡਿਆਲੋਜੀ ਸ਼੍ਰੀ ਗੁਰੂ ਗਨ ਸਾਹਿਬ ਦੀ ਵਰਤਦੇ ਆ ਪਰ ਲੋਕਾਂ ਨਾਲ ਧੋਖਾ ਕਰਦੇ ਆ ਦੱਸਦੇ ਨਹੀਂ ਜੋੜਦੇ ਆਪਣੇ ਨਾਲ ਇਕੱਲੇ ਸਿੱਖ ਚਿਹਰਿਆਂ ਵਾਲੇ ਨਹੀਂ ਗੈਰ ਸਿੱਖ ਚਿਹਰਿਆਂ ਵਾਲੇ ਬੰਦੇ ਵੀ ਮੈਂ ਤੁਹਾਨੂੰ ਦਿਖਾ ਸਕਦਾ ਅਡਿਆਲੋਜੀ ਸ੍ਰੀ ਗੁਰੂ ਗੰਨ ਸਾਹਿਬ ਜੀ ਦੀ ਵਰਤਰੇ ਆ ਵਿਚਾਰ ਸ੍ਰੀ ਗੁਰੂ ਗੰਨ ਸਾਹਿਬ ਜੀ ਦੀ ਵਰਤਰੇ ਆ ਪਰ ਲੋਕਾਂ ਨਾਲ ਧੋਖਾ ਕਰਿਆ ਤੇ ਮਨੁੱਖ ਸਮਝ ਰਿਹਾ ਬੱਲੇ ਬੱਲੇ ਆ ਵਡਾ ਗੁਰੂ ਹੈ ਮਹਾ ਗਿਆਨੀ ਹੈ ਉਹ ਨਹੀਂ ਵੱਡਾ ਜਿਹੜਾ ਉਹਨੂੰ ਗਾ ਰਿਹਾ ਜਿੰਨੂੰ ਗਾ ਰਿਹਾ ਉਹ ਵੱਡਾ ਹੈ ਇਹ ਵੱਡਾ ਗੰਧਰਬ ਰਾਗੀ ਹੈ ਇਹ ਵੱਡਾ ਗਿਆਨੀ ਹੈ ਇਹ ਵੱਡਾ ਗੁਰੂ ਬਣ ਗਿਆ ਨਹੀਂ ਇਸ ਲਈ ਧਰਮ ਰਾਜ ਵੱਡਾ ਨਹੀਂ ਜਿੰਨੂੰ ਗਾ ਰਿਹਾ ਉਹ ਵੱਡਾ ਹੈ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣੇ ਇਹ ਇਹ ਬਹਿਸ ਨਹੀਂ ਹੈ ਕਿ ਚਿੱਤਰ ਗੁਪਤ ਹੈ ਕਿ ਨਹੀਂ ਹੈ ਵਡਿਆਈ ਇਹ ਹੈ ਕਿ ਜਿਹੜੀ ਕੱਲ ਆਪਾਂ ਗੱਲ ਕਰ ਰਹੇ ਸੀ ਕਿ ਜਿਸ ਅਕਾਲ ਪੁਰਖ ਜੀ ਦੇ ਲੜ ਸਾਨੂੰ ਲਾਇਆ ਉਹਦੇ ਇਹ ਮੰਗਤੇ ਹੋਣਗੇ ਤੇ ਮੰਗਤੇ ਪਤਾ ਨਹੀਂ ਕਿੰਨੇ ਕਨੇ ਸੇ ਮੈਂ ਚੇਤਨਾ ਆਵਣ ਆਖਰ ਤੇ ਇਹੀ ਕਹਾਂ ਨਾ ਐਸੇ ਸ਼ਬਦ ਕੀ ਹੋਣਾ ਹੈ ਐਸੀ ਪੌੜੀ ਦੇ ਅੰਦਰ ਹੋਰ ਕਿਤੇ ਇੰਨ ਵਾਰੀ ਅਸੀਂ ਪੜਦੇ ਆਂ ਪਾਣੀ ਚ ਪਤਾ ਨਹੀਂ ਕਿੰਨੇ ਕ ਗਾਰੇ ਠੀਕ ਹੈ ਕੌਂਦੇ ਹੋਣਗੇ ਜੀ ਮਕਸਦ ਕੀ ਹੈ ਕਿ ਤੂੰ ਕਿੰਨੂ ਵੇਖਣਾ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਉਹ ਦਰਨਾ ਛੱਡੀ ਤੂੰ ਜਿਹੜਾ ਸਾਰਿਆਂ ਨੂੰ ਪਾਲਣ ਹਾਰੇ ਦਾ ਗਾਵਹਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਵਿਚਾਰਨ ਵਾਲਾ ਧਰਮਰਾਜ ਜਿਹੜਾ ਲਿਖ ਕੇ ਇਹ ਚਤਰਗੁਪਤ ਕਹਿੰਦੇ ਲਿਖ ਕੇ ਦਿੰਦੇ ਉਹਨੂੰ ਸਾਰਾ ਕੁਝ ਕਿ ਉਹ ਵਿਚਾਰਦਾ ਫਿਰ ਵਿਚਾਰਦਾ ਹੋਏਗਾ ਜੀ ਪਰ ਸਿੱਖਾਂ ਵਾਸਤੇ ਜਦੋਂ ਬਚਨ ਆਇਆ ਨਾ ਤੇ ਗੁਰੂ ਨੇ ਕਿਹਾ ਕਿ ਧਰਮਰਾਜ ਡਰ ਕੇ ਕਹਿੰਦਾ ਕਿ ਜਿੱਥੇ ਗੁਰੂ ਕੇ ਸਿੱਖ ਬਾਣੀ ਨਾਲ ਜੁੜੇ ਰਬੀ ਕੀਰਤੀ ਵਾਲੇ ਹੋਣਗੇ ਨਾ ਉੱਥੇ ਮੇਰਾ ਵਾਸ ਨਹੀਂ ਚੱਲਦਾ ਨੇੜੇ ਨਾ ਜਾਇਓ ਮੈਨੂੰ ਡਰ ਆਉਂਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਤਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹੋਂ ਨਾ ਤੂੰ ਹਣੇ ਛਟਾ ਨਿਕਟ ਨਾ ਜਾਈਓ ਦੂਤ ਖਿਮਾ ਕਰਨਾ ਗੁਰਮਖੋ ਅੱਜ ਇਹ ਗੱਲਾਂ ਨਾਲ ਨਾ ਜਿਹੜੇ ਸੈਕੂਲਰ ਬਣ ਕੇ ਆਪਣੇ ਆਪ ਨੂੰ ਪੇਸ਼ ਕਰਨ ਵਾਲੇ ਆ ਮਾਫੀ ਮੰਗ ਕੇ ਕਹਿੰਦਾ ਕਿਸੇ ਦਾ ਵਿਰੋਧ ਮੇਰਾ ਮਕਸਦ ਨਹੀਂ ਹੈ ਬਾਣੀ ਨੂੰ ਗਲਤ ਰੂਪ ਚ ਪੇਸ਼ ਕੀਤਾ ਜਾ ਰਿਹਾ ਵਡਿਆਈ ਅਕਾਲ ਦੀ ਹੋ ਰਹੀ ਆ ਸਾਧ ਸੰਗਤ ਜੀ ਮੰਗਤਿਆਂ ਦੀ ਨਹੀਂ ਹੋ ਰਹੀ ਇਸ ਲਈ ਸਾਨੂੰ ਉਹਦੇ ਨਾਲ ਜੋੜਿਆ ਜਿਹਦੀ ਕੈਸੀ ਆਰਤੀ ਹੋਏ ਜਿਹੜਾ ਬੈਠਾ ਸਰਬ ਸੰਭਾਲਣ ਵਾਲਾ ਸਾਰ ਸੰਭਾਲਣ ਨਿਤ ਪ੍ਰਤਪਾਲ ਹੈ ਜਿਤ ਬੈ ਸਰਬ ਸੰਭਾਲੇ ਗਾਵੇ ਈਸ਼ਰ ਬ੍ਰਹਮਾ ਦੇਵੀ ਈਸ਼ਰ ਕਹਿੰਦੇ ਆ ਸ਼ਿਵ ਨੂੰ ਮਹਾਦੇਵ ਨੂੰ ਬ੍ਰਹਮਾ ਕਹਿੰਦੇ ਸਭ ਤੋਂ ਵੱਡਾ ਸੀ ਸ੍ਰਿਸ਼ਟੀ ਨੂੰ ਸਾਜਦਾ ਸੀ ਉਹ ਪਤਾ ਨਹੀਂ ਪਰ ਮੈਨੂੰ ਇਹ ਪਤਾ ਹੈ ਕਿ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਾਰੇ ਮੰਗਤੇ ਨੇ ਜਿਹੜੇ ਮੈਨੂੰ ਚੇਤਿਤ ਨਹੀਂ ਹੋਰ ਕਿਤੇ ਤੁਨ ਗਾਵਨ ਸੇ ਮੈ ਚਿਤਨਾਵਨ ਕਿੰਨੇ ਦੇਵੀਆਂ ਗਾ ਰੀਆਂ ਲੋਕੀ ਕਹਿੰਦੇ ਇਹ ਦਾਤਾਂ ਦਿੰਦੇ ਐ ਮੈਂ ਉਹਨਾਂ ਨੂੰ ਮੰਗਤਿਆਂ ਦੇ ਰੂਪ ਚ ਵੇਖਿਆ ਸੋਹਣ ਸਦਾ ਸਵਾਰੇ ਸੋਭਦੇ ਨੇ ਤੇਰੇ ਦਰ ਦੇ ਉੱਤੇ ਸਭ ਮੰਗਤੇ ਬਣ ਕੇ ਗਾਵਹਿ ਇੰਦ ਇੰਦਾਸਨ ਬੈਠੇ ਇੰਦਰ ਦੇ ਆਸਨ ਤੇ ਬੈਠੇ ਹੋਏ ਦੇਵਤਿਆਂ ਦੇ ਰਾਜੇ ਹੁਣ ਦੇਵਤਾ ਬੜਾ ਵੱਡਾ ਵੱਡੀ ਗੱਲ ਹੈ ਤੇ ਜਿਹੜਾ 33 ਕਰੋੜ ਦਾ ਵੀ ਸ਼ਰੋਮਣੀ ਹੋਵੇਗਾ ਉਹ ਕਿੱਡਾ ਕ ਵੱਡਾ ਹੋਏਗਾ ਪਰ ਉਹਦੇ ਤੋਂ ਵੱਡਾ ਕੌਣ ਹੈ ਜਿਹਦੇ ਮੰਗਤੇ ਬਣ ਕੇ ਗਾ ਰਿਹਾ ਉਹਨੂੰ ਇਸ ਵਾਸਤੇ ਸਾਡੀ ਸੁਰਤ ਨੂੰ ਉਹਦੇ ਨਾਲ ਜੋੜਿਆ ਜੀ ਜਿਹੜਾ ਸਭ ਤੋਂ ਵੱਡਾ ਹੈ ਗਾਵੇਂ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਨਾਲ ਦੇਵਤਿਆਂ ਦੇ ਸਮੇਤ ਗਾਵੇਂ ਸਿੱਧ ਸਮਾਧੀ ਅੰਦਰ ਸਿੱਧ ਬੜੀ ਵੱਡੀ ਸ਼ਕਤੀ ਹੁੰਦੀ ਸੀ ਦੇਵਤਿਆਂ ਤੋਂ ਬਾਅਦ ਦੂਜਾ ਦਰਜਾ ਇਹਨਾਂ ਨੂੰ ਦਿੱਤਾ ਜਾਂਦਾ ਸੀ ਅੱਜ ਵੀ ਨਾ ਪਿੰਡਾਂ ਵਿੱਚ ਕਈ ਥਾਵਾਂ ਤੇ ਮੈਂ ਵੇਖਦਾ ਚੌਂਕੀਆਂ ਭਰਦੇ ਸਿਰ ਫੇਰਦੇ ਤੇ ਉਹ ਕਹਿੰਦੇ ਵੀ ਸਿੱਧ ਨਾਥ ਇਹਦੇ ਵਿੱਚ ਆਉਂਦੇ ਆ ਬੜੀ ਤਾਕਤਾਂ ਮੰਨੀਆਂ ਜਾਂਦੀਆਂ ਸੀ ਪਰ ਹੇ ਮਾਲਕ ਜੀ ਤੇਰੇ ਤੇ ਦਰ ਤੇ ਮੰਗਤੇ ਨੇ ਪਾਤਸ਼ਾ ਸਾਰੇ ਤੈਨੂੰ ਧੰਨ ਕਹਿ ਰਹੇ ਤੇਰੀ ਕੀਰਤੀ ਤੇਰੀਆਂ ਵਡਿਆਈਆਂ ਚ ਜੁੜੇ ਹੋਏ ਆ ਹੁਣ ਆਪਾਂ ਸ਼ਬਦ ਪੜਿਆ ਮੇਰੇ ਜਨ ਚ ਇੱਕ ਬਚਨ ਆ ਗਿਆ ਪੌਣ ਪਾਣੀ ਬੈਸੰਤਰ ਇੱਥੇ ਹਵਾ ਦਾ ਦੇਵਤਾ ਅੱਗ ਦਾ ਦੇਵਤਾ ਪਾਣੀ ਦਾ ਦੇਵਤਾ ਸਾਡੇ ਨਾਲ ਉੱਥੇ ਨਹਿਰ ਵਗਦੀ ਗੁਬਿੰਦਗੜ੍ਹ ਵਾਲੀ ਵੱਡੀ ਨਹਿਰ ਹੈ ਬਹੁਤ ਵੱਡੀ ਤੁਸੀਂ ਜਾਂਦੇ ਹੋ ਕ੍ਰਾਸ ਕਰਦੇ ਹੋ ਤੇ ਇੰਨੇ ਉਜਾੜ ਲੋਕੀ ਆ ਕਿ ਕਿਤੇ ਰੱਸ਼ ਸਭ ਤੋਂ ਵੱਡਾ ਹੁੰਦਾ ਇੱਕ ਉਹਦੇ ਤੇ ਖਾ ਗੱਡੀ ਖੜਾ ਕੇ ਤੇ ਜੋ ਸਮੱਗਰੀ ਆ ਉਹਦੇ ਵਿੱਚ ਸੁੱਟਦੇ ਪਾਣੀ ਨੂੰ ਦੂਸ਼ਿਤ ਕਰਦੇ ਰੱਜ ਕੇ ਹੁਣ ਤੇ ਬੜਾ ਕੁਝ ਸੁੱਟਿਆ ਜਾਂਦਾ ਕਿੰਨੀਆਂ ਮੂਰਤੀਆਂ ਸੁੱਟੀ ਜਾਂਦੇ ਪਤਾ ਨਹੀਂ ਕੀ ਕੀ ਸੁੱਟੀ ਜਾਂਦੇ ਤਾਂ ਮੈਂ ਇੱਕ ਦਿਨ ਰੋਕ ਕੇ ਵੀਰ ਨੂੰ ਕਿਹਾ ਵੀ ਅੱਗੇ ਗੱਡੀ ਰੋਕ ਅਸੀਂ ਵਾਪਸ ਆਏ ਵੀ ਭਾਈ ਤੁਸੀਂ ਪੜੇ ਲਿਖੇ ਜਾਪਦੇ ਹੋ ਇੱਕ ਤੇ ਪਾਣੀ ਦੂਸ਼ਿਤ ਹੋ ਰਿਹਾ ਦੂਜੀ ਟਰੈਫਿਕ ਤੇ ਗੱਡੀ ਖੜੀ ਆ ਪੁਲ ਤੇ ਐਕਸੀਡੈਂਟ ਹੋ ਜਾਏਗਾ ਨੁਕਸਾਨ ਬਹੁਤ ਹੋਏਗਾ ਇਦਾਂ ਕਿਉਂ ਕਰ ਰਹੇ ਹੋ ਉਹ ਕਹਿੰਦੇ ਜੀ ਪਾਣੀ ਦੇਵਤਾ ਹੈ ਅਸੀਂ ਇਸ ਸਮੱਗਰੀ ਪਾ ਰਹਿਆਂ ਦੇ ਚ ਤੇ ਮੈਂ ਕਿਹਾ ਦੇਵਤੇ ਨੂੰ ਜੱਫੀ ਪਾ ਛਾਲ ਮਾਰ ਵਿੱਚ ਸਮੱਗਰੀ ਕੰਨੂ ਪਾ ਰਹਿਆ ਤੂੰ ਭਾਈ ਤੂੰ ਛਾਲ ਮਾਰ ਗੁਰੂ ਸਾਹਿਬ ਨੇ ਸਾਨੂੰ ਕਿਹਾ ਜੇ ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਕਰਨਾ ਤੇ ਆਪਾਂ ਭੇਟ ਕਰ ਪਾਣੀ ਕੰਨੂ ਦੂਸ਼ਿਤ ਕਰਦਾ ਆਪੇ ਛਾਲ ਮਾਰਨਾ ਹੁਣ ਇੱਥੇ ਗੁਰੂ ਸਾਹਿਬ ਨੇ ਇਹ ਵੀ ਭੇਦ ਖੁੱਲਦਾ ਜੀ ਕਿ ਇਹ ਇਹਨੂੰ ਪੂਜਣ ਦੀ ਜ਼ਰੂਰਤ ਨਹੀਂ ਇਹ ਸਾਰਾ ਕੁਝ ਤੇਰੇ ਹੁਕਮ ਚ ਮਹਾਰਾਜ ਜੀ ਬੱਜਾ ਹੋਇਆ ਹੈ ਇਹ ਤੇਰੇ ਮੰਗਤੇ ਨੇ ਇਹ ਕੁਝ ਮਤਲਬ ਕੀ ਕਿ ਵੱਡੀਆਂ ਚੀਜ਼ਾਂ ਨਹੀਂ ਕਿਰਤ ਵੱਡੀ ਨਹੀਂ ਹੁੰਦੀ ਕਰਤਾ ਵੱਡਾ ਹੁੰਦਾ ਹੈ ਸਾਧ ਸੰਗਤ ਹੁਕਮੀ ਹੋਵਣ ਆਕਾਰ ਤੇਰੇ ਹੁਕਮ ਚ ਜੋ ਆਕਾਰ ਜੋ ਪ੍ਰਕਿਰਤੀ ਵੇਖ ਰਹੇ ਆ ਦਿਸਦੀਆਂ ਦਿਸਦੀ ਜਿੰਨੇ ਮੰਡਲ ਜਿੱਥੇ ਸਾਡੀ ਪਹੁੰਚ ਵੀ ਨਹੀਂ ਸਭ ਕੁਝ ਤੇਰੇ ਹੁਕਮ ਚ ਹੈ ਮਾਲਕ ਜੀ ਇਸ ਵਾਸਤੇ ਅਸੀਂ ਕਿਰਤ ਦੇ ਨਹੀਂ ਅਸੀਂ ਕਰਤੇ ਦੇ ਪੁਜਾਰੀ ਆ ਸਾਧ ਸੰਗਤ ਗਾਵਾਂ ਸਿੱਧ ਸਮਾਦੀ ਅੰਦਰ ਸਮਾਦੀਆਂ ਲੱਗੀਆਂ ਲੋਕੀਂ ਡਰਦੇ ਸੀ ਸਿੱਧਾਂ ਦੀਆਂ ਦੇ ਮੜੀਆਂ ਤੋਂ ਮਠਾਂ ਤੋਂ ਡਰੀ ਜਾਂਦੇ ਪਏ ਆ ਮਹਾਰੇ ਕਹਿੰਦੇ ਉਹਨਾਂ ਦੀਆਂ ਸਮਾਦੀਆਂ ਦੇ ਵਿੱਚ ਵੀ ਤੂੰ ਐ ਮਾਰਕ ਜੀ ਇਸ ਵਾਸਤੇ ਇਹ ਵੱਡੇ ਨਹੀਂ ਜਿਹਨੂੰ ਸਾਰੀ ਕਾਇਨਾਤ ਦਾ ਜ਼ਰਰਾ ਜ਼ਰਰਾ ਆਰਾਧ ਰਿਆ ਗਾ ਰਿਆ ਪੱਤਾ ਪੱਤਾ ਜਿਸ ਪ੍ਰਕਿਰਤੀ ਦੇ ਅੰਦਰ ਤੂੰ ਕਰਤੇ ਵਸ ਰਿਹਾ ਉਹ ਬਟਾ ਗਾਵਨ ਸਾਧ ਵਿਚਾਰੇ ਬੜੀ ਵਿਚਾਰ ਨਾਲ ਦੀਰਘ ਵਿਚਾਰਾਂ ਵਾਲੇ ਗਾਵਨ ਜਤੀ ਸਤੀ ਸੰਤੋਖੀ ਉੱਤਮ ਗੁਣਾ ਵਾਲੇ ਬੜੇ ਬੜੇ ਆਚਾਰ ਕਿਰਦਾਰ ਵਾਲੇ ਬੜੇ ਬੜੇ ਹਾਠੀ ਤਪੀ ਬੜੀ ਬੜੀ ਸਾਧਨਾ ਵਾਲੇ ਗਾਵ ਮੈਂ ਵੀਰ ਕਰਾਰੇ ਬੜੇ ਬਹਾਦਰ ਪੀਰ ਸੂਰਬੀਰ ਬੜੇ ਕਰੜੇ ਜਿਹੜੇ ਵੀਰਸਾਂ ਉਹ ਤੈਨੂੰ ਗਾ ਰਹੇ ਆ ਮਹਾਰਾਜ ਜੀ ਅਸੀਂ ਕਹਾਂਗੇ ਇਹਦੇ ਸਰੀਰ 'ਤੇ ਬੜਾ ਬਲ ਹੈ ਇਹਦੇ 'ਚ ਰਿੱਧੀਆਂ ਸਿੱਧੀਆਂ ਬੜੀਆਂ ਨੇ ਇਹ ਵੱਟੀਆਂ ਨਹੀਂ ਹਨ ਸਾਤ ਸੰਗਤ ਗਾਵਨ ਪੰਡਿਤ ਪੜਨ ਰਖੀਸਰ ਬੜੇ ਗੁਣੀ ਪੰਡਿਤ ਮਤਲਬ ਗਿਆਨੀ ਪੁਰਖ ਰਖੀਸਰ ਮਤਲਬ ਰਖੀ ਬੜੇ ਰਖੀਆਂ ਦੇ ਵੱਡੇ ਰਖੀ ਰਖੀਸਰ ਜੁਗ-ਜੁਗ ਵੇਦਾਂ ਨਾਲੇ ਜੁਗਾਂ ਜੁਗੰਤਰਾਂ ਤੋਂ ਗਾ ਰਿਹਾ ਸੱਚੇ ਪਾਤਸ਼ਾਹ ਤੇ ਵੇਦਾਂ ਗਿਆਨ ਗ੍ਰੰਥਾਂ ਦੇ ਸਮੇਤ ਗਾ ਰਿਹਾ ਤੈਨੂੰ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮਸ਼ ਪਿਆਲੇ ਸੁਰਗ ਲੋਕ ਮਾਤ ਲੋਕ ਪਤਾਲ ਲੋਕ ਮਤਲਬ ਕੋਈ ਐਸਾ ਲੋਕ ਨਹੀਂ ਐ ਸੁਰਗ ਵੱਡਾ ਨਹੀਂ ਤੇਰੀ ਕੀਰਤੀ ਵੱਡੀ ਤੂੰ ਵੱਡਾ ਹੈ ਇਹ ਸੁਰਗ ਲੋਕੀ ਸੁਰਗ ਨੂੰ ਮੰਨਤਾ ਦੇਈ ਜਾਂਦੇ ਪਿੱਛੇ ਜੰਨਤ ਚ ਜਾਵਾਂਗੇ ਪਤਾ ਨਹੀਂ ਕੀ ਪ੍ਰਾਪਤ ਹੋਏਗਾ ਨਹੀਂ ਇਸ ਲਈ ਸਿੱਖ ਕਹਿੰਦਾ ਜੰਨਤ ਦੀ ਲੋੜ ਨਹੀਂ ਸਵਰਗ ਦੀ ਲੋੜ ਨਹੀਂ ਮੈਨੂੰ ਤੇਰੇ ਨਾਲ ਜੁੜਨ ਦੀ ਲੋੜ ਹੈ ਮਨਪ੍ਰੀਤ ਚਰਨ ਕਮਲਾਰੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਯਾਸ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਤੇ ਇਸ ਲਈ ਸਿੱਧ ਵੱਡੇ ਨਹੀਂ ਜਿੰਨੂੰ ਗਾਰੇ ਆ ਉਹ ਵੱਡਾ ਸੁਰਗ ਵੱਡੇ ਨਹੀਂ ਜਿਹਦੀ ਕਲਾ ਵਰਤਰੀਆ ਉਹ ਵੱਡਾ ਮਾਤ ਲੋਕ ਪਤਾਲ ਲੋਕ ਇਹਦੇ ਪਤਾ ਨਹੀਂ ਕਿੰਨੇ ਕ ਲੋਕ ਤੁਰੇ ਫਿਰਦੇ ਆ ਗਾਵੇਂ ਮੋਹਣੀਆਂ ਮਨਮੋਹਣ ਮਨ ਨੂੰ ਮੋਹ ਲੈਣ ਵਾਲੀਆਂ ਕਹਿੰਦੇ ਵੀ ਇਹਦੇ ਚ ਹੀ ਬੜੀ ਤਾਕਤ ਹੈ ਉਹੀ ਮੰਗੀ ਜਾਂਦੇ ਵੀ ਉਹ ਪ੍ਰਾਪਤ ਹੋਣਗੀਆਂ ਜੀ ਦੇਵਤਿਆਂ ਨੇ ਸਮੁੰਦਰ ਚੋਂ ਪ੍ਰਾਪਤ ਕੀਤੀਆਂ ਕੋਈ ਕਹਿੰਦਾ ਉਹ ਬਹਿਸ਼ਤ ਚੋਂ ਪ੍ਰਾਪਤ ਹੋਣੀਆਂ ਮਾਰੇ ਕਹਿੰਦੇ ਨਹੀਂ ਇਹ ਸਭ ਤੈਨੂੰ ਗਾਰੇ ਤੂੰ ਵੱਡਾ ਹੈ ਇਸ ਵਾਸਤੇ ਮੇਰੀ ਧਿਆਨ ਚ ਕੀ ਹੈ ਵੱਡਾ गावਨ ਰਤਨ ਉਪਾਏ ਤੇਰੇ ਤੇਰੇ ਪੈਦਾ ਕੀਤੇ ਹੋਏ ਅਮੋਲਕ ਜਿਹੜੀਆਂ ਚੀਜ਼ਾਂ ਨੇ ਰਤਨ ਜਿਹਨਾਂ ਨੂੰ ਕਹਿੰਦੇ ਆ 86 ਤੀਰਥ ਨਾਲੇ ਤੇ ਲੋਕੀ ਕਹਿੰਦੇ ਸੀ ਤੀਰਥ ਵੱਡੇ ਆ ਉੱਥੇ ਜਾਓ ਉਹਦੀ ਪੂਜਾ ਕਰੋ ਸੱਚੇ ਬਾਦਸ਼ਾਹ ਕਹਿੰਦੇ ਨਹੀਂ ਤੇਰੇ ਤੋਂ ਬਿਨਾ ਉਹ ਵੀ ਕੱਖ ਨਹੀਂ ਆ ਜੀ ਤੂੰ ਵੱਟਾ ਉਹ ਵੀ ਤੈਨੂੰ ਗਾਰੇ ਗਾਵੇਂ ਜੋਧ ਜੋਦੇ ਕਿੱਡੇ ਕ ਜੋਦੇ ਮਹਾਬਲ ਸੂਰਾ ਬڑے-ਬڑے ਮਹਾਬਲੀ ਕੋਈ ਸਿੱਧੀਆਂ ਦੇ ਮਾਲਕ ਕੋਈ ਸਰੀਰਾਂ ਦੇ ਤਾਕਤ ਦੇ ਮਾਲਕ ਕੋਈ ਦੇਵਤਿਆਂ ਦੇ ਰਾਜੇ ਕੋਈ ਬੰਦਿਆਂ ਦੇ ਰਾਜੇ ਪਰ ਤੂੰ ਸਾਰਿਆਂ ਤੋਂ ਵੱਡਾ ਪਾਤਸ਼ਾਹ ਸਭ ਤੇਰੇ ਮੰਗ ਤੇ ਸਭ ਛੋਟੇ ਪਤਾ ਨਹੀਂ ਕਿੰਨੀਆਂ ਕਤਰਤੀਆਂ ਕਿੰਨੇ ਕ ਲੋਕ ਕਿੰਨੇ ਕ ਬ੍ਰਹਿਮੰਡ ਹੁਣ ਆਪਾਂ ਆਪਣੀ ਧਰਤੀ ਦੀ ਗੱਲ ਕਰ ਲਈਏ ਗੈਲੈਕਸੀ ਵੇਖਦੇ ਹੋ ਬ੍ਰਹਿਮੰਡ ਵੇਖਦੇ ਹੋ ਉਥੇ ਲੱਭੋ ਕਿ ਹੁਣ ਤੇ ਖਗੋਲ ਸ਼ਾਸਤਰੀ ਖੋਜ ਰਹੇ ਨੇ ਨਾ ਕਿਤੇ ਇੱਕ ਕਤਰੇ ਵਰਗੀ ਵੀ ਨਹੀਂ ਲੱਭਦੀ ਉਦੇ ਵਿੱਚ ਫਿਰ ਦੇਸ਼ ਦੇਸ਼ ਵਿੱਚ ਫਿਰ ਸ਼ਹਿਰ ਸ਼ਹਿਰ ਵਿੱਚ ਫਿਰ ਅਸੀਂ ਕੀ ਹਸਤੀ ਹੈ ਸਾਡੀ ਕੌਣ ਵੱਡਾ ਬਣ ਕੇ ਬੈਠਾ ਇੱਥੇ ਤੋ ਇਹ ਜਿਹੜੇ ਬ੍ਰਹਿਮੰਡਾਂ ਦਾ ਅਸੀਂ ਭੇਦ ਨਹੀਂ ਪਾਇਆ ਮਹਾਰਾਜ ਸਭ ਤੇਰੇ ਸਾਜੇ ਹੋਏ ਤੈਨੂੰ ਗਾਰੇ ਮਤਲਬ ਤੂੰ ਵੱਡਾ ਹੈ ਤੇਰੀ ਕੀਰਤੀ ਵੱਡੀ ਹੈ ਗਾਵੈ ਜੋਤ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਇਹ ਵੀ ਮੰਨਿਆ ਜਾਂਦਾ ਸੀ ਵੀ ਚਾਰ ਖਾਣੀਆਂ ਜਿਹਦੇ ਸਦਕਾ ਸੰਸਾਰ ਦੇ ਜੀਵ ਪੈਦਾ ਹੁੰਦੇ ਅੰਡਜ ਜੀਰਜ ਸੇਤਜ ਉਤਪਜ ਅੰਡਜ ਮਤਲਬ ਅੰਡੇ ਤੋਂ ਪੈਦਾ ਹੋਣ ਵਾਲੇ ਜੀਰਜ ਮਤਲਬ ਜੀਰ ਤੋਂ ਜਿਵੇਂ ਮਨੁੱਖ ਹੈ ਜਾਂ ਪਸ਼ੂਆਂ ਦੇ ਪੇਟ ਵਿੱਚ ਪੈਦਾ ਹੋਣ ਵਾਲੇ ਬੱਚੇ ਜਿਹੜੇ ਜੀਰ ਨਾਲ ਪੈਦਾ ਹੁੰਦੇ ਆ ਉਤਪਜ ਮਤਲਬ ਜਿਹੜੇ ਧਰਤੀ ਚੋਂ ਉਪਜਣ ਵਾਲੇ ਤੇ ਸੇਤਜ ਮਤਲਬ ਜਿਹੜੇ ਪਸੀਨੇ ਆਦਿਕ ਤੋਂ ਪੈਦਾ ਹੋਣ ਵਾਲੇ ਹੁਣ ਗੱਲ ਗੁਰੂ ਸਾਹਿਬ ਨੇ ਇਥੇ ਬਹਿਸ ਨਹੀਂ ਛੇੜੀ ਵੀ ਚਾਰ ਮਾਰੇ ਤੇ ਇਹ ਵੀ ਕਹਿੰਦੇ ਆ ਵੀ ਕੇਤੀਆ ਖਾਣੀ ਕੇਤੀਆ ਪਾਣੀ ਕੇਤੇ ਪਾਤ ਨਿਰੰਤ ਕੇਤੀਆ ਸੁਰਤੀ ਸੇਵਕ ਕੇ ਤੇ ਨਾਨਕ ਅੰਤਨਾ ਅੰਤ ਤੇ ਜੇ ਕੋਈ ਮੰਨਦਾ ਵੀ ਚਾਰ ਖਾਣੀਆਂ ਮਹਾਰਾਜ ਕਹਿੰਦੇ ਖਾਣੀਆਂ ਵੱਡੀਆਂ ਵੀ ਇਹਦੇ ਕਰਕੇ ਸੰਸਾਰ ਪੈਦਾ ਹੋਇਆ ਬ੍ਰਹਮਾ ਕਰਕੇ ਸੰਸਾਰ ਪੈਦਾ ਹੋਇਆ ਜਿਹੜਾ ਕੀਤਾ ਪਸਾਓ ਇੱਕੋ ਕਵਾਓ ਜਿਹਦਾ ਹੁਕਮ ਵਰਤਿਆ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਇਸ ਲਈ ਸਿੱਖ ਨੂੰ ਬਾਰ ਬਾਰੇ ਗੱਲ ਸਮਝਣੀ ਚਾਹੀਦੀ ਹੈ ਕਿ ਕੋਈ ਦਾਵਾ ਕਰੇ ਕਿ ਧਰਤੀ ਦੇ ਉੱਤੇ ਰੱਬ ਬਣ ਕੇ ਕੋਈ ਪ੍ਰਗਟ ਹੋ ਗਿਆ ਤੇ ਸਾਰਿਆਂ ਨੂੰ ਦਾਤਾਂ ਸੱਚੀ ਮੁੱਚੀ ਦਈ ਜਾ ਰਿਹਾ ਤੇ ਸਿੱਖ ਕਹਿੰਦਾ ਨਹੀਂ ਮੇਰੇ ਗੁਰੂ ਨਾਨਕ ਨੇ ਮੈਨੂੰ ਘਟ ਘਟ ਚ ਰਮੇ ਅਕਾਲ ਨਾਲ ਜੋੜਿਆ ਸੀ ਮੈਂ ਹੋਰ ਕਿਸੇ ਨੂੰ ਰੱਬ ਨਹੀਂ ਮੰਨਦਾ ਜੀ ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਤੇ ਦਿਦਾਰ ਖਾਲਸੇ ਦਾ ਗਾਵਨ ਰਤਨੋ ਪਾਇਤੀਰੇ ਅੱਠ ਸਰ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਇਹ ਸ੍ਰਿਸ਼ਟੀ ਇਹ ਟੁਕੜੇ ਪਤਾ ਨਹੀਂ ਕਿੰਨੇ ਕੇ ਹਿੱਸੇ ਨੇ ਜਿਨ੍ਹਾਂ ਖੰਡਾਂ ਤੱਕ ਅਜੇ ਤੱਕ ਪਹੁੰਚ ਵੀ ਨਹੀਂ ਹੋ ਸਕਦੀ ਕਿੰਨੇ ਕ ਮੰਡਲ ਨੇ ਸੌਰ ਮੰਡਲ ਕਿੰਨੇ ਕ ਗ੍ਰਹਿ ਨੇ ਕਿੰਨੇ ਕ ਗੈਲੈਕਸੀਆਂ ਨੇ ਪਤਾ ਹੀ ਕੋਈ ਨਹੀਂ ਸਭ ਪਾਸੇ ਤੂੰ ਵੱਡਾ ਪਾਤਸ਼ਾਹ ਇਹ ਸਭ ਕੁਝ ਵੱਡਾ ਨਹੀਂ ਇਹ ਸਭ ਤੈਨੂੰ ਗਾਰੇ ਨੇ ਕਰ ਕਰ ਰੱਖੇ ਧਾਰੇ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਸਮਗਰੀ ਵੱਡੀ ਹੋ ਸਕਦੀ ਆ ਪਰਸਾਰਾ ਵੱਡਾ ਹੋ ਸਕਦਾ ਪਰ ਪਸਾਰੇ ਨੂੰ ਆਪ 나ਥ 나ਠੀ ਸਭ ਤੂੰ ਨੱਠਿਆ ਹੋਇਆ ਇਹਨੂੰ ਮਹਾਰਾਜੀ ਨੱਥ ਪਾਈ ਆ ਤੂੰ ਤੂੰ ਸੂਤਰ ਚ ਬੰਨਿਆ ਹੋਇਆ ਡੋਰੀ ਤੇਰੇ ਹੱਥ ਵਿੱਚ ਐ ਤੇ ਜਿਹਦੇ ਹੱਥ ਵਿੱਚ ਡੋਰੀ ਐ ਜਿਹਨੇ ਨੱਥਿਆ ਹੋਇਆ ਉਹ ਵੱਡਾ ਹੈ ਸਾਥ ਸੰਗਤ ਗਾਵੇਂ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤੁਧ ਨੂੰ ਗਾਵੇਂ ਜੋਤਿ ਤੇ ਭਾਵਨ ਗਾਇਆ ਕਿਨਾਂ ਦਾ ਪ੍ਰਵਾਨ ਜਿਹੜੇ ਤੈਨੂੰ ਭਾਕੇ ਮਾਲਕ ਜੀ ਉਹਨਾਂ ਵਿੱਚ ਅਸੀਂ ਵੀ ਗਾਈਏ ਤੂੰ ਮਗਾਵੋ ਮੇਰੇ Nirpaau ਕਾ ਸੋਹਿਲਾ ਹੋਰ ਕੀਦੇ ਸੋਲੇ ਗਾਏਗਾ ਜੋ ਤੁਧ ਭਾਵਨ ਰੱਤੇ ਤੇਰੇ ਭਗਤਰ ਸਾਲੇ ਤੇਰੇ ਰਸ ਚ ਭਿੱਜੇ ਹੋਏ ਰੰਗੇ ਨੇ ਮਾਲਕ ਜੀ ਜਿਹੜੇ ਤੈਨੂੰ ਭਾਗੇ ਉਹਨਾਂ ਦਾ ਗਾਇਆ ਤੈਨੂੰ ਪ੍ਰਵਾਨ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਬਥੇਰੇ ਹੋਣਗੇ ਮਤਲਬ ਆਮ ਜੀ ਗੱਲ ਐ ਜੀ ਇਹਦੇ ਨਾਲ ਕੀ ਫਰਕ ਪੈਂਦਾ ਕਿੰਨੀ ਦੁਨੀਆਂ ਹੈ ਕਿੰਨੀ ਦੁਨੀਆਂ ਦੇ ਮੰਤਰੀ ਤੁਰੇ ਫਿਰਨਗੇ ਕਿੰਨੇ ਮੁੱਖ ਮੰਤਰੀ ਤੁਰੇ ਫਿਰਨਗੇ ਕੀ ਫਰਕ ਪੈਂਦਾ ਇਸੇ ਤਰ੍ਹਾਂ ਬੜੀਆਂ ਬੜੀਆਂ ਵੱਡੀਆਂ ਹਸਤੀਆਂ ਆਪਣੇ ਆਪਣੇ ਦਾਇਰੇ ਚ ਖਵਾਉਣ ਵਾਲੀਆਂ ਕੋਈ ਦੇਵਤੀ ਖਵਾਉਣ ਵਾਲੇ ਕੋਈ ਸਿੱਧ ਦਿਖਵਾਉਣ ਵਾਲੇ ਕੋਈ ਜੋਤ ਮਹਾਬਲ ਸੂਰਮੇ ਖਵਾਉਣ ਵਾਲੇ ਕੀ ਫਰਕ ਕੀ ਪੈਂਦਾ ਸਾਧ ਸੰਗਤ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਣ ਨਾਨਕਿਆ ਵਿਚਾਰੇ ਇਹਨਾਂ ਦੀ ਕੀ ਵਿਚਾਰ ਹੈ ਸਾਧ ਸੰਗਤ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਨਾਈਨ ਅਰਥ ਹੈ ਵਡਿਆਈ ਉਹ ਸੱਚਾ ਹੈ ਉਸ ਦੀਵ ਰਹਿਣ ਵਾਲਾ ਹੈ ਸੋਈ ਸੋਈ ਬਾਕੀ ਕੀ ਹੈ ਪਤਾ ਨਹੀਂ ਕਿੰਨੇ ਕਾਏ ਤੇ ਚਲੇ ਗਏ ਸਾਥ ਸੰਗਤ ਜੀ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸ੍ਰੀ ਰਹਿਣ ਵਾਲਾ ਅਟਲ ਸਦਾ ਤੇ ਉਹਦੀ ਵਡਿਆਈ ਸੱਚੀ ਤੂੰ ਵਰ ਤੂੰ ਸੱਚਾ ਤੇ ਤੇਰਾ ਨਾਮ ਸੱਚਾ ਸੱਚੇ ਪਾਤਸ਼ਾਹ ਤੇਰੀ ਕੀਰਤੀ ਅਟਲ ਹੈ ਭੀ ਹੋਸੀ ਜਾਏ ਨਾ ਜਾਸੀ ਸਦਾ ਸੀ ਅੱਜ ਵੀ ਹੈ ਤੇ ਕਦੀ ਖਤਮ ਨਹੀਂ ਹੋਣੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ ਹੈ ਭੀ ਪਾਸਟ ਦੀ ਗੱਲ ਜਾਏ ਨਾ ਜਾਸੀ ਉਹ ਅੱਜ ਵੀ ਹੈ ਹੋਸੀ ਮਤਲਬ ਅੱਗੇ ਵੀ ਰਹੇਗੀ ਕਦੀ ਨਹੀਂ ਮਿਟਣੀ ਰਚਨਾ ਜਿੰਨ ਰਚਾਈ ਜਿਹੜਾ ਰਚਨਾ ਨੂੰ ਰਚਾਉਣ ਵਾਲਾ ਹੈ ਉਹਦੀ ਵਡਿਆਈ ਵੱਡੀ ਹੈ ਉਹਦਾ ਨਾਮ ਵੱਡਾ ਹੈ ਸਾਤ ਸੰਗਤ ਉਹਦੀ ਕੀਰਤੀ ਨਾਲ ਜੁੜੀ ਹੈ ਅਵੇਂ ਭਰਮਾਂ ਚ ਪੈ ਕੇ ਸੋ ਦਰ ਤੋਂ ਨਾ ਟੁੱਟੀਏ ਸੋ ਘਰ ਨੂੰ ਆਪਣੀ ਸੁਰਤ ਚ ਵਸਾਈਏ ਜਿੱਤ ਬੈ ਸਰਬ ਸੰਭਾਲੇ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਪੜਦਿਆਂ ਨੇ ਜਾਪੇ ਹਾਰੇ ਕ ਰੰਗ ਆਪੇ ਬਹੁ ਰੰਗੀ ਪਤਾ ਨਹੀਂ ਕਿੰਨੇ ਕ ਰੰਗਾ ਚ ਵਰਤਦੇ ਆ ਅਨੇਕ ਹੈ ਫਿਰ ਏਕ ਹੈ ਏਕ ਮੂਰਤਨ ਏਕ ਦਰਸ਼ਨਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਉਹ ਖੇਡ ਰਚੀ ਹੋਈ ਅਸੀਂ ਐਵੇਂ ਸਮਝੀ ਜਾਂਦੇ ਆ ਉਹ ਵੱਡਾ ਉਹਦੇ ਪਿੱਛੇ ਤੁਰ ਪਏ ਉਹਦੇ ਪਿੱਛੇ ਤੁਰ ਪਏ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ ਉਹ ਵੱਡਾ ਉਦੀ ਵਡਿਆਈ ਵੱਡੀ ਹੈ ਤੇ ਉਹਨੇ ਪਤਾ ਨਹੀਂ ਕਿੰਨੇ ਭਾਂਤਾਂ ਦੇ ਨਾਲ ਰੰਗੀ ਰੰਗੀ ਭਰਤੀ ਕਰ ਕਰ ਜਨਸੀ ਮਾਇਆ ਜਨ ਨੂੰ ਮਾਇਆ ਦੀ ਖੇਡ ਵਰਤਾਈ ਹੋਈ ਹੈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਉਹ ਵਰਤਾ ਰਿਆ ਉਹਦੀ ਖੇਡ ਉਹ ਆਪ ਵੇਖ ਰਿਆ ਜਿਵੇਂ ਉਹਦੀ ਕੀ ਵਡਿਆਈ ਹੈ ਉਹ ਵੱਡੀ ਪਸਰੀ ਹੋਈ ਹੈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਉਹਦਾ ਹੁਕਮ ਵਰਤਰਿਆ ਹਰ ਜ਼ਰਰਾ ਹਰ ਤਾਕਤ ਉਹਦੇ ਹੁਕਮ ਚਾ ਕੋਈ ਹੁਕਮ ਕਰਨ ਵਾਲਾ ਨਹੀਂ ਹੈ ਸਾਧ ਸੰਗਤ ਉਹਦੇ ਉੱਪਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹ ਸਾਬ ਨਾਨਕ ਰਹਿਣ ਰਜ਼ਾਈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਉਹ ਸਾਹਾ ਦਾ ਸ਼ਾਹ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਤੇ ਅਸੀਂ ਕੀ ਕਰ ਸਕਦੇ ਆ ਉਹਦੀ ਰਜ਼ਾ ਵਿੱਚ ਜੀਵੀਏ ਸਾਧ ਸੰਗਤ ਇਹਨੇ ਪਿਆਰ ਨਾਲ ਮਹਾਰਾਜ ਨੇ ਸਮਝਾਇਆ ਨਾ ਸਾਨੂੰ ਕਿ ਸਿੱਖਾ ਪਟਕਣਾ ਸਾਰੀ ਕਾਇਨਾਤ ਦੇ ਅੰਦਰ ਰਮਿਆ ਹੋਇਆ ਸਾਜਣ ਵਾਲਾ ਪਾਲਣ ਵਾਲਾ ਉਸ ਵਾਹਿਗੁਰੂ ਜੀ ਨੂੰ ਆਪਣੇ ਅੰਦਰ ਮਹਿਸੂਸ ਕਰ ਤੈਨੂੰ ਸਾਰਿਆਂ ਚ ਨਜ਼ਰ ਆਵੇਗਾ ਹਰ ਕਰਮ ਕਾਂਡ ਭਰਮ ਅੰਧ ਵਿਸ਼ਵਾਸ ਟੁੱਟ ਜਾਏਗਾ ਜਦੋਂ ਸਾਨੂੰ ਬਾਣੀ ਦੀ ਸਮਝ ਆ ਗਈ ਭੁੱਲਾਂ ਬਖਸ਼ਣੀਆਂ ਅਸੀਸ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ